ਕਹਿੰਦੇ ਗੁਲੇਰੀਆ ਗੋਪਾਲ ਚੰਦ ਨੇ ਜਦੋਂ ਵੇਖਿਆ ਕਿ ਪੀਰ ਬੁੱਧੂ ਸ਼ਾਹ ਦੇ ਸਿਪਾਹੀ ਉਹਦੇ ਮੁਰੀਦ ਅੱਗੇ ਵੱਧ ਰਹੇ ਹਨ, ਗੁਲੇਰੀਆ ਆਪਣੀ ਫੌਜ ਲੈ ਕੇ 94 ਯੋਧੇ ਲੈ ਕੇ ਪੀਰ ਬੁੱਧੂ ਸ਼ਾਹ ਦੇ ਮੁਕਾਬਲੇ ਤੇ ਉਤਰਿਆ। ਪਹਾੜੀ ਰਾਜਿਆਂ ਨੇ ਪੀਰ ਬੁੱਧੂ ਸ਼ਾਹ ਦੀ ਫੌਜ ਤੇ ਗੋਲੀਆਂ ਦਾ ਮੀਂਹ ਵਰਾ ਦਿੱਤਾ। ਮਾਰ ਲੋ ਕਰਦੇ ਆਪਣੇ ਯੋਧਿਆਂ ਦਾ ਹੌਸਲਾ ਵਧਾਉਂਦੇ ਨੇ। ਪੀਰ ਬੁੱਧੂ ਸ਼ਾਹ ਦੇ 4 ਪੁੱਤਰ ਬੜੇ ਗੱਭਰੂ ਸ਼ਹਿਰ ਸ਼ਬੀਲੇ ਬਲੀ ਯੋਧੇ ਗੋਪਾਲ ਚੰਦ ਦਾ ਮੁਕਾਬਲਾ ਕਰਨ ਲਈ ਸਾਹਮਣੇ ਜਾ ਨਿਤਰੇ ਨੇ। ਦੋਵਾਂ ਪਾਸਿਆਂ ਤੋਂ ਸੂਰਮੇ ਨੇ ਗੋਲੀਆਂ ਦੀ ਸ਼ਰਤ ਚਲਾ ਦਿੱਤੀ ਹੈ। ਕਾੜ ਕਾੜ ਕਰਦੀਆਂ ਗੋਲੀਆਂ ਦਾ ਮੀਂਹ ਵਸਿਆ ਹੈ। ਜਿਹਨਾਂ ਦੀਆਂ ਛਾਤੀਆਂ ਚ ਗੋਲੀਆਂ ਲੱਗਦੀਆਂ ਨੇ ਤੜਾਮ ਤੜਾਮ ਕਰਕੇ ਧਰਤੀ ਤੇ ਡਿੱਗਦੇ ਨੇ। ਮੁਸਲਮਾਨ ਉਹਨਾਂ ਦੇ ਪੀਰ ਬੁੱਧੂ ਸ਼ਾਹ ਦੇ ਜਿਹੜੇ ਮੁਸਲਮਾਨ 700 ਮੁਰੀਦ ਨੇ ਸਭ ਖੁੱਪੇ ਕੀਰ ਨੰਗੇ ਕਿਰਪਾਨ ਨੰਗੀਆਂ ਤੇਗਾਂ ਲੈ ਕੇ ਪਹਾੜੀ ਰਾਜਿਆਂ ਦੇ ਗਲ ਪੈ ਗਏ। ਦੇਖੋ ਸਾਧ ਸੰਗਤ ਜੀ, ਕਰਗੀਧਰ ਪਾਤਸ਼ਾਹ ਮਹਾਰਾਜ ਦਾ ਆਦਰਸ਼ ਕੈਸਾ ਸੀਗਾ, ਉਹਨਾਂ ਦੀ ਹਸਤੀ ਕੈਸੀ ਸੀ ਕਿ ਕਈ ਲੋਕ ਸਮਝਦੇ ਆ ਵੀ ਉਹ ਮੁਸਲਮਾਨਾਂ ਦੇ ਵੈਰੀ ਸਨ ਜਾਂ ਉਹ ਹਿੰਦੂਆਂ ਦੇ ਪੱਖੀ ਸਨ ਜਾਂ ਉਹ ਕਿਸੇ ਕੌਮ ਦੇ। ਮਹਾਰਾਜ ਧਰਮ ਦੇ ਪੱਖੀ ਸਨ, ਜਿੱਥੇ ਧੱਕਾ ਹੁੰਦਾ ਹੋਵੇ ਉਹਦੇ ਹੱਕ ਵਿੱਚ, ਮਜ਼ਲੂਮ ਦੇ ਹੱਕ 'ਚ ਖੜਦੇ ਸਨ। ਅੱਜ ਦੇਖੋ ਹਿੰਦੂ ਸਾਹਮਣੇ ਮਾਰਨ ਆਏ ਨੇ ਅਤੇ ਬੁੱਧੂ ਸ਼ਾਹ ਦੇ ਮੁਸਲਮਾਨ ਮੁਰੀਦ ਗੁਰੂ ਸਾਹਿਬ ਦੀ ਮਦਦ 'ਤੇ ਖੜੇ ਨੇ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ, ਇਹ ਪਹਿਲਾ ਜੰਗ ਹੈ। ਗੁਰੂ ਸਾਹਿਬ ਦੇ ਨਾਲ ਪੀਰ ਬੁੱਧੂ ਸ਼ਾਹ ਮੁਸਲਮਾਨ ਹੋ ਕੇ 700 ਮੁਰੀਦਾਂ ਸਮੇਤ ਖੜਾ ਹੈ। ਰਾਜਾ ਗੋਪਾਲ ਚੰਦ ਜਿਹਦੇ ਧਰਮ ਲਈ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸੀਸ ਮਾਰਿਆ, ਉਹ ਉਹਨਾਂ ਨੂੰ ਮਾਰਨ ਵਾਸਤੇ ਆਇਆ ਹੈ। ਗੁੱਸਾ ਖਾ ਕੇ ਗੋਪਾਲ ਚੰਦ ਭਵਕਿਆ ਸ਼ੇਰ ਦੀ ਤਰ੍ਹਾਂ ਉੱਚਾ ਗਰਜ ਕੇ ਬੋਲਿਆ, ਆਪਣੇ ਪਹਾੜੀਆਂ ਨੂੰ ਕਹਿੰਦਾ ਓਏ ਕਿੱਥੇ ਭੱਜ ਕੇ ਚੱਲੇ ਹੋ, ਕਿੱਥੇ ਜਾ ਕੇ ਮੂੰਹ ਦਿਖਾਓਗੇ। ਮੈਂ ਤੁਹਾਡੀ ਮਦਦ ਤੇ ਖੜਾ ਸੂਰ ਮੈਂ, ਖੜ ਜਾਓ ਇਹਨਾਂ ਮੁਰੀਦਾਂ ਦੇ ਸਾਹਮਣੇ ਲੜੋ ਡਟ ਕੇ। ਆ ਜਿਹੜੇ ਪੀਰ ਬੁੱਧੂ ਸ਼ਾਹ ਦੇ ਸਿਪਾਹੀ ਨੇ ਪਿੰਡਾਂ ਦੀ ਬਾਹਰ ਹੈ, ਆਪਾਂ ਇਹਨਾਂ ਨੂੰ ਮਾਰ ਲਈਏ। ਗੋਪਾਲ ਚੰਦ ਗੁਲੇਰੀਏ ਦਾ ਲਲਕਾਰਾ ਸੁਣ ਕੇ ਪਹਾੜੀਏ ਰੁਕ ਗਏ ਤੇ ਉਹ ਪੀਰ ਬੁੱਧੂ ਸ਼ਾਹ ਦੀਆਂ ਫੌਜਾਂ ਤੇ ਗੋਲੀਆਂ ਵਰਹਾਣ ਲੱਗੇ, ਤੀਰ ਚਲਾਣ ਲੱਗੇ। ਬੜਾ ਭਾਰੀ ਹੱਲੇ ਤੇ ਹੱਲਾ ਕਰਦੇ ਨੇ, ਢੋਲਨ ਵਜਾਏ ਡੰਕ ਤਮਾਮ, ਢੋਲ ਵਜਾ ਕੇ ਨਗਾਰੇ ਵਜਾ ਕੇ ਆ ਪਏ ਨੇ। ਦਿਲ ਪਰੇ ਪਰਸਪਰ ਘਾਵ ਡਾਲ, ਆਪਸ ਚ ਮਿਲਦੇ ਕੁਸਮ ਕੁੱਥਾ, ਇੱਕ ਦੂਜੇ ਨੂੰ ਜ਼ਖਮ ਲਾਉਂਦੇ ਨੇ, ਸੱਟਾਂ ਮਾਰਦੇ ਨੇ। ਫਿਰ ਪਰੇ ਵੀਰ ਹੋਇਆ ਕਹਿ ਕਰਾਲ, ਬੜੇ ਬੜੇ ਸੂਰਮੇ ਜ਼ਖਮ ਖਾ ਕੇ ਧਰਤੀ ਤੇ ਡਿੱਗੇ ਨੇ। ਗਣ ਜੋਰ ਸਹਿਓ ਨਹਿ ਭੇ ਬੁਲਾਏ, ਕਹਿੰਦੇ ਬੜਾ ਜ਼ੋਰਦਾਰ ਜੰਗ ਮਚਿਆ। ਪਹਾੜੀ ਰਾਜੇ ਵੀ ਪੈਰ ਅੜਾ ਕੇ ਖੜ ਗਏ ਨੇ, ਇਰਾਦਾ ਕਰਕੇ ਵੀ ਜਿੱਤਣਾ ਹੈ। ਤੇ ਇਧਰੋਂ ਪੀਰ ਬੁੱਧੂ ਸ਼ਾਹ ਦੇ ਮੁਰੀਦ ਵੀ ਗੁਰੂ ਕਰਗੀਧਰ ਦੀ ਕਿਰਪਾ ਨਾਲ ਪੂਰਾ ਵਾਹ ਲਾ ਰਹੇ ਨੇ। ਪੀਰ ਪੁੱਤਰ ਜਦੋਂ ਪਹਾੜੀਆਂ ਨੇ ਜ਼ੋਰ ਪਾਇਆ ਤੇ ਪੀਰ ਬੁੱਧੂ ਸ਼ਾਹ ਦੇ ਪੁੱਤਰ ਗੁੱਸੇ ਚ ਆਏ, ਸ਼ਮਸ਼ੇਰ ਕਾਢ ਸ਼ਮਸ਼ੇਰ ਹੋਏ। ਕਹਿੰਦੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੇ ਮਿਆਨ ਚੋਂ ਤੇਗਾਂ ਧੂ ਲਈਆਂ ਤੇ ਸ਼ੇਰਾਂ ਦੁਸ਼ਮਣ ਦੇ ਸਾਹਮਣੇ ਜਾ ਗਜੇ। ਸ਼ਤਰੂਨ ਮਾਰਨ ਮੈਂ ਖੜੋਏ, ਸ਼ਤਰੂਆਂ
ਸਿੰਘਾਂ ਨੂੰ ਬੈਰੀਆਂ ਨੂੰ ਮਾਰ ਮਾਰ ਸੁੱਟਦੇ ਨੇ, ਕਰੋੜੋ ਸੁੱਟਦੇ ਨੇ ਤੇਗਾਂ ਦੇ ਨਾਲ। ਜਿੱਥੇ ਰਾਜਾ ਗੋਪਾਲ ਚੰਦ ਲੜ ਰਿਹਾ ਸੀ ਉਹਦੇ ਕੋਲ ਜਾ ਪਹੁੰਚੇ ਨੇ ਪੀਰ ਬੁੱਧੂ ਸ਼ਾਹ ਦੇ ਪੁੱਤਰ। ਬੜੇ ਉੱਛਲ ਉੱਛਲ ਕੇ ਤੇਗਾਂ ਦੇ ਵਾਰ ਕਰਦੇ ਨੇ ਸੂਰਮੇ। ਜਿਹਨੂੰ ਪੈਦਲਾ ਨੀ ਆਉਂਦਾ ਉਹ ਚੰਗਾ ਖਿਡਾਰੀ ਨੀ ਬਣ ਸਕਦਾ। ਸੋ ਬੜੇ ਸੂਰਮੇ ਯੋਧੇ ਪੈਦਲੇ ਦੇ ਨਾਲ ਛਾਲਾਂ ਮਾਰਦੇ ਹਨ, ਉੱਠੇ ਸ਼ਹਿਰ ਛਲੰਗੀ ਛਾਲਾਂ ਪਾਈਆਂ। ਦਸਵੇਂ ਪਾਤਸ਼ਾਹ ਮਹਾਰਾਜ ਸਰਖੰਡੀ ਛੰਦ ਚ ਲਿਖਦੇ ਨੇ, ਉੱਠੇ ਛੈਲ ਛਲੰਗੀ ਛਾਲਾਂ ਪਾਈਆਂ, ਛਾਲਾਂ ਮਾਰ ਮਾਰ ਕੇ ਭੇਜਦੇ ਨੇ। ਮਾਰ ਬਚਾਵਤ ਮਾਰ ਤਾਂ ਹੈ, ਕਹਿੰਦੇ ਵੈਰੀ ਬਚਾਉਂਦਾ ਹੈ ਤੇ ਇਹ ਉਹਨੂੰ ਮਾਰਦੇ ਨੇ। ਸਤਸੰਗ ਜੀ, ਯੁੱਧ ਕੀ ਬਾਤ ਪੂਰੀ ਸਭ ਤੇ। ਦਸਵੇਂ ਪਾਤਸ਼ਾਹ ਨੇ ਲਿਖਿਆ, ਜੱਗ ਦਾ ਨਾਂ ਹੀ ਬੁਰਾ ਸੌਖਾ ਨਹੀਂ ਹੁੰਦਾ, ਗੱਲਾਂ ਕਰਨੀਆਂ ਬੜੀਆਂ ਢੇਰ ਸਫਲੀਆਂ, ਪਰ ਜਦੋਂ ਜੰਗ ਦੇ ਮੈਦਾਨ 'ਚ ਉੱਥੇ ਗੋਲੇ ਚੱਲਦੇ ਨੇ, ਤੀਰ ਚੱਲਦੇ ਨੇ, ਗੋਲੀਆਂ ਚੱਲਦੀਆਂ, ਤੇਗਾਂ ਚੱਲਦੀਆਂ, ਕੋਈ ਸੂਰਮਾ ਮਿਲਣਾ ਹੀ ਠਹਿਰਦਾ ਹੈ। ਕਹਿੰਦੇ ਮੈਦਾਨ ਦੇ ਜੰਗ 'ਚ ਲਾਸ਼ਾਂ ਖਿਲਣੀਆਂ ਸ਼ੁਰੂ ਹੋ ਗਈਆਂ, ਥਾਂ ਥਾਂ ਦੇ ਲਾਸ਼ਾਂ ਵਿਛੀਆਂ ਪਈਆਂ ਨੇ। ਪਹਾੜੀ ਰਾਜੇ ਹੈਰਾਨ ਹੋ ਰਹੇ ਨੇ, ਉਹਨਾਂ ਦੇ ਸਿਪਾਹੀ ਬੜੇ ਆਪਣੇ ਆਪ ਨੂੰ ਚੰਗੇ ਯੋਧੇ ਲੜਾਕੇ ਮੰਨਦੇ ਸੀ, ਉਹ ਹੈਰਾਨ ਇਸ ਗੱਲ ਤੋਂ ਨੇ। ਉਮੜ ਉਮੜ ਘੇਰੋ ਸੋਡਾ, ਕਹਿੰਦੇ ਵੀ ਗੁਰੂ ਦੇ ਨਾਲ ਤਾਂ ਸੁਣਿਆ ਸੀ ਬੰਦੇ ਹੀ ਕੋਈ ਨੀ, ਇਹ ਕਿੱਥੋਂ ਆ ਗਏ ਤੇ ਇਹ ਲੜਾਕੇ ਵੀ ਬੜੇ ਨੇ। ਉਹ ਉਮੜ ਉਮੜ ਕੇ ਘੇਰਾ ਪਾਉਣ ਦੀ ਕੋਸ਼ਿਸ਼ ਕਰਦੇ ਨੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ। ਦੋ ਵਾਰ ਕਿਸਤੇ ਸੋ ਖਾਏ, ਪਰ ਪੀਰ ਬੁੱਧੂ ਸ਼ਾਹ ਦੇ ਚਾਰੇ ਜਵਾਨ ਪੁੱਤਰ ਉਹ ਕਿਸੇ ਦਾ ਵਾਰ ਖਾਂਦੇ, ਉਹ ਦੁਸ਼ਮਣ ਦੇ ਵਾਰ ਤੋਂ ਇੰਝ ਨਿਕਲ ਜਾਂਦੇ ਜਿਵੇਂ ਪੱਖਣ ਚੋਂ ਵਾਲ ਨਿਕਲ ਜਾਂਦਾ। ਆਪਣਾ ਸਰੀਰ ਬਚਾ ਕੇ ਦੁਸ਼ਮਣ ਦਾ ਵਾਰ ਢਾਲ ਤੇ ਰੋਕ ਕੇ ਵਾ ਮਾਰਦੇ ਨੇ। ਬਹੁਤ ਸਾਰੇ ਪਾਸਿਆਂ ਤੋਂ ਯੋਧੇ ਉਹਨਾਂ ਦਾ ਜੰਗ ਵੇਖ ਵੇਖ ਕੇ ਸ਼ਾਬਾਸ਼ ਸ਼ਾਬਾਸ਼ ਵੇਖ ਕਹਿੰਦੇ ਜਿਹੜੇ ਸੂਰਮੇ ਹਨ, ਕਹਿੰਦੇ ਗੁਰੂ ਕਲਗੀ ਧਰ ਜੀ ਉਹ ਰੌਲਾ ਵੇਖ ਰਹੇ ਨੇ ਉੱਪਰ ਖੜੀ ਗੜੀ ਦੇ ਉੱਤੇ, ਜਿਹੜੀ ਉਹ ਤੀਰ ਗੜੀ ਹੈ, ਗੜੀ ਦਾ ਨਹੀਂ ਸੀ ਪਰ ਉਹ ਚਿਕ ਟਿੱਬੀ ਸੀ, ਖਾਲ ਸਿੰਘ ਦਾ ਨਾਮ ਤੀਰਗੜੀ ਰੱਖਿਆ ਕਿਉਂਕਿ ਮਹਾਰਾਜ ਉੱਥੋਂ ਤੀਰ ਚਲਾਉਂਦੇ ਸਨ। ਸੋ ਉੱਚੀ ਟਿੱਬੀ ਤੇ ਖੜੇ ਦਸਵੇਂ ਪਾਤਸ਼ਾਹ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦਾ ਜੰਗ ਵੇਖ ਰਹੇ ਨੇ ਤੇ ਆਪਣੇ ਕੋਲ ਖੜੇ ਸਿੱਖਾਂ ਨੂੰ ਪੁੱਛਦੇ ਨੇ ਵੀ ਉਹ ਕੌਣ ਜੰਗ ਕਰ ਰਿਹਾ ਹੈ। ਯੋਧੇ ਨੇ ਦੱਸਿਆ, ਮਹਾਰਾਜ ਪੀਰ ਦੇ ਚਾਰੇ ਪੁੱਤਰ ਲੜ ਰਹੇ ਨੇ, ਦੁਸ਼ਮਣ ਦੀ ਫੌਜ ਦੇ ਵਿੱਚ ਜਾ ਕੇ ਲੜ ਰਹੇ ਨੇ ਚਾਰੇ ਪੁੱਤਰ। ਉਧਰੋਂ ਗਲੇਰੀਆ ਗੋਪਾਲ ਚੰਦ ਉਹਨਾਂ ਨਾਲ ਲੜਨ ਆਇਆ ਹੋਇਆ, ਗੋਪਾਲ ਚੰਦ ਦੀ ਤੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੀ ਟੱਕਰ ਹੋ ਰਹੀ ਹੈ। ਉੱਥੇ ਬੜਾ ਭਾਰੀ ਘੇਰਾ ਪਾ ਲਿਆ ਉਹਨਾਂ ਨੇ, ਪੀਰ ਬੁੱਧੂ ਸ਼ਾਹ ਦੇ ਪੁੱਤਰ ਘੇਰੇ ਜਾ ਰਹੇ ਨੇ, ਪਹਾੜੀਆਂ ਦੀ ਫੌਜ ਜ਼ਿਆਦਾ ਹੈ। ਗੁਰੂ ਜੀ ਮਹਾਰਾਜ, ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ ਕੋਈ ਸੱਟ ਫੇਟ ਨਾ ਲੱਗ ਜਾਵੇ, ਆਪਣਾ ਫਰਜ਼ ਬਣਦਾ ਆਪਾਂ ਉਹਨਾਂ ਦੀ ਸਹਾਇਤਾ ਕਰੀਏ। ਮਹਾਰਾਜ ਦਸਵੇਂ ਪਾਤਸ਼ਾਹ ਸੁਣ ਕੇ ਆਪਣੇ ਮਾਮਾ ਕਿਰਪਾਲ ਚੰਦ ਜੀ ਵੱਲ ਵੇਖਿਆ। ਮਹਾਰਾਜ ਕਹਿੰਦੇ ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਦੇ ਭੀੜ ਪੈ ਗਈ ਹੈ, ਮਾਮਾ ਜੀ ਆਪਾਂ ਨੂੰ ਪਹੁੰਚਣਾ ਚਾਹੀਦਾ ਹੈ ਉੱਥੇ।
ਮਹਾਰਾਜਾ ਇਸ਼ਾਰਾ ਪਾਉਂਦਿਆਂ ਸਰ ਮਾਮਾ ਕਿਰਪਾਲ ਚੰਦ ਜੀ ਘੋੜਾ ਦੜਾ ਕੇ ਉਧਰ ਜਾ ਪਹੁੰਚੇ ਨੇ। ਮਾਮਾ ਕਿਰਪਾਲ ਚੰਦ ਜੀ ਬੜਾ ਭਾਰੀ ਧਨੁਸ਼ ਹੱਥ ਵਿਚ ਕੰਨਾ ਦਾ ਖਿੱਚ ਖਿੱਚ ਤੀਰ ਮਾਰਦੇ ਨੇ। ਭਿਆਨਕ ਤੀਰ ਮਾਮੇ ਕਿਰਪਾਲ ਚੰਦ ਦੇ, ਕਿਉਂਕਿ ਮਾਮਾ ਕਿਰਪਾਲ ਚੰਦ ਮਾਤਾ ਗੁਜਰੀ ਦਾ ਭਰਾ, ਛੇਵੇਂ ਪਾਤਸ਼ਾਹ ਦੀ ਫੌਜ ਦਾ ਸਿਪਾਹੀ ਰਿਹਾ, ਫਿਰ ਸੱਤਵੇਂ ਅੱਠਵੇਂ ਪਾਤਸ਼ਾਹ ਦੀ ਸੇਵਾ ਕੀਤੀ, ਨੌਵੇਂ ਪਾਤਸ਼ਾਹ ਦੀ ਸੇਵਾ ਕੀਤੀ, ਦਸਵੇਂ ਪਾਤਸ਼ਾਹ, ਪੰਜ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਹੋਏ, ਬੜਾ ਸੂਰਮਾ ਸੀ। ਮਹਾਰਾਜ ਦਸਵੇਂ ਪਾਤਸ਼ਾਹ ਦੇ ਜੋਤੀ ਜੋਤ ਸਮਾਨ ਤੋਂ ਬਾਅਦ ਕਈ ਸਾਲ ਦਿੱਲੀ ਤੋਂ ਅੰਮ੍ਰਿਤਸਰ ਆ ਕੇ ਬਰਿੰਦਾ ਮਾਤਾ ਜੀ ਕੋਲ ਸੀ, ਮਾਤਾ ਸੁੰਦਰੀ ਜੀ ਕੋਲ ਦਿੱਲੀ, ਅਤੇ ਅੰਮ੍ਰਿਤਸਰ ਭਾਈ ਮਨੀ ਸਿੰਘ ਨਾਲ ਬਹਿ ਕੇ ਪੰਥਕ ਮਸਲੇ ਹੱਲ ਕਰਿਆ ਕਰਦਾ। ਇਹ ਸਾਡੇ ਕੋਲ ਇਤਿਹਾਸਕ ਸਰੂਪ ਨੇ। ਮਾਮਾ ਕਿਰਪਾਲ ਚੰਦ 100 ਸਾਲ ਤੋਂ ਵੱਧ ਉਮਰ ਪਾਈ ਹੈ, ਬੜੇ ਸਿਆਣੇ, ਜੰਗ ਦੇ ਮੈਦਾਨ ਵਿੱਚ ਪਹਾਣੀ ਦੇ ਜੰਗ ਦੇ ਤੀਰਾਂ ਦੀ ਪਰਖਾ ਕਰਨ ਲੱਗੇ ਨੇ। ਮਾਰੋ ਮਾਰ ਕਰਦਾ ਮਾਮਾ ਕਿਰਪਾਲ ਚੰਦ ਪਹਾਣੀ ਦੇ ਮੈਦਾਨ ਚ ਉਤਰਿਆ ਹੈ, ਆਪਣੀ ਫੌਜ ਨੂੰ ਲਲਕਾਰਾ ਮਾਰ ਕੇ ਹੌਸਲਾ ਦੇ ਕੇ ਲੜਾ ਰਿਹਾ ਹੈ। ਜਿਹੜੇ ਪੀਰ ਦੇ ਮੁਰੀਦ ਸਨ ਉਹਨਾਂ ਦੀ ਮਦਦ ਕਰਨ ਦੇ ਮਾਮਾ ਕਿਰਪਾਲ ਚੰਦ ਆ ਗਿਆ। ਸਾਰੇ ਪੀਰ ਬੁੱਧੂ ਸ਼ਾਹ ਦੇ ਸਿਪਾਹੀ ਮੁਰੀਦ ਮਾਮੇ ਕਿਰਪਾਲ ਚੰਦ ਦੇ ਆਉਣ ਨਾਲ ਹੌਸਲੇ ਵੱਧ ਗਏ ਤੇ ਇੱਕ ਵਾਰੀ ਟੁੱਟ ਕੇ ਦੁਸ਼ਮਣ ਦੇ ਪੈ ਗਏ। ਇੱਕ ਵਾਰ ਗੋਲੀਆਂ ਦੀ ਸ਼ਰਕ ਫੇਰ ਹੋਈ, ਜਿਵੇਂ ਤੜਫੜ ਤੜਫੜ ਕਰਦੇ ਭੱਠੀ ਆ ਰਹੀ ਦੇ ਭੱਠੀ ਦੇ ਦਾਣੇ ਭੁੱਜਦੇ ਨੇ, ਗੋਲੀਆਂ ਇਉਂ ਕਰਨ ਲੱਗੀਆਂ। ਧਾਲਾ ਤਲਵਾਰਾਂ ਦੇ ਨਾਲ ਸੂਰਮੇ ਜੁੱਟ ਗਏ ਆਪਸ ਵਿੱਚ। ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਘੇਰੇ ਵਿੱਚ ਆ ਗਏ ਪਹਾੜੀਆਂ ਦੇ, ਪਰ ਉਹ ਇੰਨੇ ਲੜਾਕੇ ਸਨ ਕਿ ਦੁਸ਼ਮਣ ਦਾ ਵਾਰ ਸਰੀਰ ਤੱਕ ਪਹੁੰਚਣ ਨਹੀਂ ਸੀ ਦਿੰਦੇ, ਛਾਲ ਮਾਰ ਕੇ ਉਹ ਜਾਂਦੇ, ਬੜੇ ਫੁਰਤੀਲੇ ਦੁਸ਼ਮਣ ਨੂੰ ਘੇਰ ਘੇਰ ਮਾਰ ਰਹੇ ਸਨ। ਮਾਮਾ ਕਿਰਪਾਲ ਚੰਦ ਉਹਨਾਂ ਦੋਵਾਂ ਭਰਾਵਾਂ ਦੀ ਮਦਦ ਲਈ ਘੇਰੇ ਦੇ ਵਿੱਚ ਖੁਦ ਪਹੁੰਚ ਗਿਆ, ਤੀਰਾਂ ਦੀ ਵਰਖਾ ਕਰਨ ਲੱਗਾ। ਉਹ ਜਿਹੜਾ ਘੇਰਾ ਪਿਆ ਹੋਇਆ ਸੀ ਮਾਮੇ ਕਿਰਪਾਲ ਚੰਦ ਨੇ ਤੀਰਾਂ ਨਾਲ ਤੋੜ ਦਿੱਤਾ ਤੇ ਉਹਨਾਂ ਦੋਵਾਂ ਭਾਈਆਂ ਨੂੰ ਘੇਰੇ ਚੋਂ ਬਾਹਰ ਕੱਢ ਲਿਆਂਦਾ। ਕਹਿੰਦੇ ਉਹ ਪੀਰ ਦੇ ਪੁੱਤਰ ਪਿੱਛੇ ਨਹੀਂ ਹਟੇ ਜੰਗ ਤੋਂ, ਫਿਰ ਗੁੱਸਾ ਖਾ ਕੇ ਦੁਸ਼ਮਣ ਦੇ ਜਾ ਪਏ। ਉਹਨਾਂ ਨੇ ਬੜੀਆਂ ਤੇਗਾਂ ਮਾਰੀਆਂ, ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਆਹੁਲਾ ਸੁੱਟੇ ਹਨ। ਗੁੱਸਾ ਖਾ ਕੇ ਕਿਰਪਾਲ ਤੇ ਗੋਪਾਲ ਚੰਦ ਬੁਲੇਰੀਏ ਨੇ ਤੀਰ ਮਾਰਿਆ। ਪੀਰ ਬੁੱਧੂ ਸ਼ਾਹ ਦੇ ਪੁੱਤਰ ਦੇ ਕਾਲਜੇ ਚ ਵੱਜਾ, ਦਿਲ ਦੇ ਵਿੱਚ ਵੱਜਾ ਤੀਰ, ਸਾਲ ਮਾਰ ਲੰਘ ਗਿਆ, ਪੀਰ ਜੀ ਦਾ ਪੁੱਤਰ ਜੰਗ ਚ ਸ਼ਹੀਦੀ ਪਾ ਗਿਆ। ਜਦੋਂ ਇੱਕ ਭਰਾ ਮਰਦਾ ਵੇਖਿਆ ਆਪਣਾ, ਉਹਦੀ ਲਾਸ਼ ਚੁੱਕਣ ਵਾਸਤੇ ਦੋਵਾਂ ਪਾਸਿਆਂ ਦੇ ਜੋਧੇ ਬਦਲੇ, ਜਿਹੜੇ ਪਹਾੜੀਏ ਸਨ ਉਹ ਕਹਿੰਦੇ ਵੀ ਲਾਸ਼ ਦੇਣੀ ਨੀ ਅਸੀਂ, ਤੇ ਮੁਰੀਦ ਕਹਿੰਦੇ ਵੀ ਅਸੀਂ ਆਪਣੇ ਜੋਧੇ ਦੀ ਲਾਸ਼ ਚੁੱਕਣੀ ਹੈ। ਪੀਰ ਬੁੱਧੂ ਸ਼ਾਹ ਦੇ ਦੂਜੇ ਪੁੱਤਰ ਦੇ ਨਾਲ ਮੁਰੀਦ ਉਸ ਸ਼ਹੀਦ ਹੋ ਚੁੱਕੇ,
ਪੀਰ ਦੇ ਪੁੱਤਰ ਨੂੰ ਚੁੱਕਣ ਲਈ ਉਮੜੇ ਹਨ। ਆਪਣੇ ਆਪਣੇ ਬੰਦਾਸ਼ਾਂ ਦੇ ਲਾਸ਼ ਲੈਣ ਵਾਸਤੇ ਉਮੜੇ ਹਨ। ਅੱਛੇ ਤਲਵਾਰਾਂ ਤੀਰਾਂ ਦਾ ਘਮਸਾਨ ਦਾ ਯੁੱਧ ਮੱਚ ਗਿਆ ਹੈ। ਸੂਰਮੇ ਆਪਸ ਜੁੱਟ ਗਏ ਨੇ, ਤੇਗਾਂ ਧੂ ਲਈਆਂ ਨੇ ਮਿਆਂ ਵਿੱਚ। ਜਿਵੇਂ ਤਰਖਾਣ ਆਰੀ ਦੇ ਨਾਲ ਕੱਟ ਕੱਟ ਕੇ ਮੋਛੇ ਪਾਈ ਜਾਂਦਾ, ਸੂਰਮੇ ਤੇਗਾਂ ਨਾਲ ਮੋਛੇ ਪਾਈ ਜਾਂਦੇ ਆ। ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਨੇ, ਥਾਂ ਥਾਂ ਤੇ ਲਾਸ਼ਾਂ ਖਿਲਰ ਗਈਆਂ ਮੈਦਾਨੇ ਜੰਗ ਵਿੱਚ। ਦੋਵਾਂ ਪਾਸਿਆਂ ਦੇ ਸੂਰਮੇ ਪੈਰ ਅੜਾ ਕੇ ਲੜੇ ਨੇ, ਪਿੱਛੇ ਨਹੀਂ ਹਟੇ। ਮਹਾਂ ਕਿਰਪਾਲ ਲਗਾਤਾਰ ਤੀਰਾਂ ਦਾ ਮੀਂਹ ਦੁਸ਼ਮਣ ਤੇ ਬੁਲਾਈ ਜਾਂਦਾ ਬੁਲਾਈ ਜਾਂਦਾ। ਜਿੱਥੇ ਗੋਪਾਲ ਚੰਦ ਗੁਲੇਰੀਆ ਤੀਰ ਚਲਾ ਰਿਹਾ, ਉਹਦੇ ਸਾਹਮਣੇ ਮਾਮਾ ਕਿਰਪਾਲ ਚੰਦ ਚਲਾ ਰਿਹਾ। ਮਾਮੇ ਕਿਰਪਾਲ ਚੰਦ ਨੇ ਪਹਾੜੀਆਂ ਦੇ ਚੰਗੇ ਚੰਗੇ ਯੋਧੇ ਤੀਰਾਂ ਨਾਲ ਉਥਲ ਉਥਲ ਕੇ ਸੁੱਟੇ ਨੇ। ਇੱਧਰ ਉੱਧਰ ਦੋਵਾਂ ਪਾਸਿਆਂ ਨੂੰ ਹਲ ਚਲ ਮੱਚ ਗਈ, ਬੜੇ ਬੜੇ ਸੂਰਮੇ ਮਰਨ ਲੱਗੇ ਨੇ। ਕਹਿੰਦੇ ਸੂਰਮਿਆਂ ਨੂੰ ਇੱਕ ਥਾਂ ਤੇ ਖੜਨਾ ਨਹੀਂ ਮਿਲਦਾ। ਘੋੜੇ ਦੌੜ ਦੌੜ ਕੇ ਜੰਗ ਲੜਦੇ ਨੇ, ਇੱਕ ਦੂਜੇ ਨੂੰ ਦਬਟ ਦਬਕਾ ਮਾਰ ਕੇ ਡਰਾ ਦਿੰਦੇ ਨੇ ਇਹੋ ਜਿਹੇ ਸੂਰਮੇ ਨੇ। ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਨੇ ਤੁਰਕਾਂ ਨੇ ਬਲ ਸੰਭਾਲ ਕੇ ਬੜੇ ਤਿੱਖੇ ਤੀਰਾਂ ਦੇ ਗੋਲੀਆਂ ਦਾ ਵੀ ਪਹਾੜੀਆਂ ਤੇ ਵਰਾ ਦਿੱਤਾ। ਤੇ ਗੋਪਾਲ ਚੰਦ ਦੇ ਕੋਲ ਜਿਹੜੇ ਯੋਧੇ ਸਨ ਪਹਾੜੀਏ ਗੁਲੇਰੀਏ ਦੇ, ਉਹਨਾਂ ਦੇ ਪੈਰ ਲਾ ਦਿੱਤੇ। ਮੁਰੀਦਾਂ ਨੇ ਇਹੋ ਜਿਹਾ ਜ਼ੋਰ ਮਾਰਿਆ, ਪੀਰ ਬੁੱਧੂ ਸ਼ਾਹ ਦੀ ਫੌਜ ਦੇ 700 ਯੋਧਿਆਂ ਨੇ ਮਾਮੇ ਕਿਰਪਾਲ ਚੰਦ ਦੀ ਮਦਦ ਨਾਲ, ਕਿ ਉਹ ਜਿਹੜੇ ਆਏ ਸੀ ਨਾ ਗੁਲੇਰੀਏ ਦੇ ਬੜੇ ਬੜੇ ਚੰਗੇ ਯੋਧੇ, ਉਹਨਾਂ ਦੇ ਪੈਰ ਪਿੱਛੇ ਹਟਣ ਨੂੰ ਮਜਬੂਰ ਕਰ ਦਿੱਤੇ। ਦੁਸ਼ਮਣ ਦੀ ਅੱਖ ਬਚਾ ਕੇ ਸੱਜੇ ਖੱਬੇ ਅੱਗੇ ਪਿੱਛੇ ਹੋ ਕੇ ਕਹਿੰਦੇ ਪਹਾੜੀਏ ਹੁਣ ਪਿਛਾ ਹੋ ਕੇ ਪਹਾੜ ਪੱਥਰਾਂ ਦੇ ਉਹਦੇ ਲੁਕਣ ਲੱਗ ਪਏ। ਉਹਨਾਂ ਨੂੰ ਏਦਾਂ ਲੱਗਾ ਵੀ ਜੇ ਅਸੀਂ ਸਾਹਮਣੇ ਜਾਵਾਂਗੇ ਮਾਰੇ ਜਾਵਾਂਗੇ। ਲੋਹੇ ਤੇ ਲੋਹਾ ਖੜਕਿਆ, ਬੜੀ ਮਾਰ ਮਚੀ ਹੈ। ਕਹਿੰਦੇ ਸੂਰਮੇ ਸ਼ਰਮ ਲਾ ਕੇ ਭੱਜੇ ਮੈਦਾਨ ਚੋਂ, ਜਿਹੜੇ ਆਪਣੇ ਬੜੇ ਸੂਰਮੇ ਘੁਆਉਂਦੇ ਸੀ ਨਾ ਗੁਲੇਰ ਚੰਦ ਗੁਲੇਰੀਏ ਦੇ ਗੋਪਾਲ ਚੰਦ ਦੇ ਸਿਪਾਹੀ, ਉਹ ਕਹਿੰਦੇ ਬੇਸ਼ਰਮਾ ਦੀ ਤਰ੍ਹਾਂ ਭੱਜ ਗਏ ਹਨ। ਮਾਮੇ ਕਿਰਪਾਲ ਚੰਦ ਦੇ ਤਿੱਖੇ ਤੀਰ ਵੇਖ ਕੇ ਗੁਰਪਾਲ ਚੰਦ ਨੇ ਬੜਾ ਗੁੱਸਾ ਖਾਧਾ ਹੈ, ਸਹਿ ਨਹੀਂ ਸਕਿਆ। ਗੋਪਾਲ ਚੰਦ ਆਪਣੇ ਜਵਾਨਾਂ ਦੀ ਮੌਤ ਹੁੰਦੀ ਵੇਖ ਕੇ ਘੋੜਾ ਤਿੱਖਾ ਕੀਤਾ ਉਹਨੇ। ਅੱਗੇ ਹੋ ਕੇ ਉਹਨੇ ਤੀਰ ਚਲਾਣੇ ਸ਼ੁਰੂ ਕਰ ਦਿੱਤੇ। ਮਾਮਾ ਕਿਰਪਾਲ ਚੰਦ ਜਿੱਥੇ ਖੜਾ ਤੀਰਾਂ ਦੀ ਵਰਖਾ ਕਰ ਰਿਹਾ ਸੀ, ਗੋਪਾਲ ਚੰਦ ਉਧਰ ਆਇਆ ਹੈ। ਉਹਨੇ ਕੱਸ ਕੇ ਤੀਰ ਕਿਰਪਾਲ ਚੰਦ ਨੂੰ ਮਾਰਿਆ, ਤੇ ਕਿਰਪਾਲ ਚੰਦ ਮਾਮੇ ਦੇ ਘੋੜੇ ਦੀ ਕਾਠੀ ਤੀਰ ਖੋ ਗਿਆ। ਮਾਮੇ ਕਿਰਪਾਲ ਚੰਦ ਨੇ ਦੁਸ਼ਮਣ ਦਾ ਤੀਰ ਆਪਣੇ ਘੋੜੇ ਦੀ ਕਾਠੀ ਨੂੰ ਵੱਜਾ ਵੇਖ ਕੇ ਗਰਜ ਕੇ ਆਖਿਆ, ਗੋਪਾਲ ਚੰਦ ਤੂੰ ਆਪਣਾ ਵਾਰ ਕਰ ਲਿਆ ਹੈ, ਮੇਰੀ ਵਾਰੀ ਆ, ਹੁਣ ਮੇਰਾ ਵਾਰ ਵੇਖ, ਤੀਰ ਮੈਂ ਚਲਾਉਣ ਲੱਗਾ, ਖਲੋ ਕੇ ਵੇਖੀ ਜਰਾ ਨਜ਼ਾਰਾ। ਹਾਂ ਹੁਣ ਮੈਂ ਤੈਨੂੰ ਹੋਰ ਥਾਂ
ਨਾ ਜਾਣ ਜੋਗਾ ਛੱਡਾਂਗਾ ਨਹੀਂ। ਸਹਜੇ ਹੋ ਵਾਰ ਲਹਿ ਬਚਹਿ ਪ੍ਰਾਨ, ਜੇ ਸੂਰ ਮੈਂ 12 ਪੁੱਤ ਦੁੱਧ ਪੀਤਾ ਹੈ, ਫਿਰ ਮੇਰਾ ਵਾਰ ਸਹਿ ਦੇ ਪ੍ਰਾਣ ਦੇ ਹੁਣ ਤੋਂ। ਕਹਿ ਦੋ ਸੁਖਾਨ ਹੋਇਆ ਹੈ ਕਿਕਾਨ, ਜਾਂ ਤੂੰ ਮਰੇਗਾ ਜਾਂ ਤੇਰਾ ਘੋੜਾ ਮਰੇਗਾ। ਸੁਣਤ ਸਹਿਜ ਪਤ ਹੈ ਚਲਾਏ, ਇਹ ਸੁਣ ਕੇ ਗੋਪਾਲ ਚੰਦ ਨੇ ਘੋੜਾ ਦੌੜਾ ਲਿਆ। ਜਬਲ ਅਦਕ ਜਿਮ ਹੋਇਆ ਬਚਾਏ, ਘੋੜੇ ਨੂੰ ਤੇਜ ਦੌੜਾਇਆ ਵੀ ਮੇਰੀ ਜਾਨ ਬਚ ਜੇ, ਮੇਰਾ ਘੋੜਾ ਬਚ ਜੇ। ਛੋਟ ਕਿਰਪਾਲ ਤੇ ਬਾਣ ਚਾਲ, ਇਧਰੋਂ ਮਾਮੇ ਕਿਰਪਾਲ ਚੰਦ ਦਾ ਤੀਰ ਕਮਾਨ ਚੋਂ ਨਿਕਲਿਆ। ਕਨ ਸਮਾਨ ਪੰਨਕ ਵਿਸਾਲ, ਕਹਿੰਦੇ ਉੱਡਣੇ ਫੰਜਰ ਕਾਲੇ ਨਾਗ ਵਰਗਾ ਉਹ ਤੀਰ ਸੀਗਾ। ਚਰੰਤ ਤਰੰਗ ਕੇ ਕਰਨ ਮੂਲ, ਟੱਪਦੇ ਹੋਏ ਘੋੜੇ ਦੇ ਕੰਨ ਵਿੱਚ ਵੱਜਾ। ਭਇਓ ਪਾਰ ਗਿਰ ਭਰਿਓ ਚੂਲ, ਇਧਰੋਂ ਘੋੜੇ ਦੇ ਕੰਨ ਚੋਂ ਦੂਜੇ ਪਾਸੇ ਨਿਕਲ ਗਿਆ ਤੇ ਘੋੜਾ ਤਰੰਗ ਕਰਕੇ ਗੋਪਾਲ ਚੰਦ ਦਾ ਧਰਤੀ ਤੇ ਜਾ ਪਿਆ। ਕਰਤ ਰੰਗ ਪਿੱਛੇ ਸਿਧਾਏ, ਡਿੱਗਦੇ ਹੋਏ ਘੋੜੇ ਨੂੰ ਛੱਡ ਕੇ ਗੋਪਾਲ ਚੰਦ ਪਿਛਾ ਨੂੰ ਦੌੜ ਗਿਆ ਵੀ ਮੇਰੀ ਵਾਰੀ ਆ, ਹੁਣ ਮੈਨੂੰ ਮਾਰੇਗਾ। ਆਪਣੀ ਫੌਜ ਜਾ ਲੁਕਿਆ ਗੁਲੇਰੀਆ ਮਾਮੇ ਕਿਰਪਾਲ ਚੰਦ ਤੋਂ ਡਰ ਕੇ, ਸਨੇ ਸਨੇ ਪਛਾਤ ਜਾਤ, ਤੇ ਫਿਰ ਉਹਦੇ ਪਿੱਛੇ ਪਿੱਛੇ ਸਿਪਾਹੀ ਪਿਛਾ ਪਿਛਾ ਹਟੀ ਗਏ। ਅੱਗੇ ਆਉਣ ਦੀ ਜੁੱਤ ਲੜੀ ਵੀ ਜਾਂਦੇ ਨੇ ਤੇ ਪਿਛਾ ਪਿਛਾ ਹਟਦੇ ਨੇ, ਫਿਰ ਅੱਗੇ ਆਉਣ ਦੀ ਜੁੱਤ ਨਹੀਂ ਕਰਦੇ। ਉਸ ਜੁੱਤ ਨੂੰ ਵੇਖ ਕੇ ਮੈਦਾਨੇ ਜੰਗ ਦੇ ਵਿੱਚ ਦੋਹਰਾ ਹੋਰੇ ਕਰ ਗਿਰ ਭਦਨ ਭੱਟ, ਕਹਿੰਦੇ ਪਹਾੜੀਆਂ ਦੇ ਸਿਪਾਹੀ ਹੌਲੇ ਪੈ ਗਏ। ਫਿਰ ਕਰ ਨਿਜ ਨਿਜ ਥਾਏ, ਆਪਣੀ ਥਾਂ ਥਾਂ ਤੇ ਖੜ ਕੇ ਲੜਨ ਲੱਗੇ। ਹੁਣ ਅੱਗੇ ਵੱਧ ਕੇ ਲੜਨ ਦਾ ਚਾਹ ਲੱਥ ਗਿਆ ਉਹਨਾਂ ਦਾ। ਬੁੱਧੂ ਸ਼ਾਹ ਸਪੂਤ ਕੀ, ਪੀਰ ਬੁੱਧੂ ਸ਼ਾਹ ਦੇ ਪੁੱਤਰ ਦੀ ਸ਼ਹੀਦ ਦੀ ਲਾਸ਼ ਜੋਤ ਖੋਜ ਕਰ ਲਿਆਏ। ਬੜੇ ਬਲ ਨਾਲ ਮੁਰੀਦ ਚੁੱਕ ਲਿਆਏ ਆਪਣੇ ਭਰਾ ਦੀ ਲਾਸ਼, ਦੂਜੇ ਪੁੱਤਰ ਪੀਰ ਦੇ ਗਏ, ਉਹ ਮੈਦਾਨੇ ਜੰਗ ਚੋਂ ਜ਼ੋਰ ਨਾਲ ਲੜ ਕੇ ਲੈ ਆਏ। ਇਮ ਸਹਾਇਤਾ ਕਰ ਭਲੇ, ਇਸ ਤਰ੍ਹਾਂ ਉਹਨਾਂ ਦੀ ਮਦਦ ਤੇ ਪਾਮਾ ਕਿਰਪਾਲ ਚੰਦ ਜੀ ਗਏ, ਪਰ ਇੱਕ ਪੁੱਤਰ ਪੀਰ ਬੁੱਧੂ ਸ਼ਾਹ ਦਾ ਸ਼ਹੀਦੀ ਪਾ ਗਿਆ। ਧੀਰਜ ਸਹਿਤ ਟਿਕਾਏ, ਉਹਨੂੰ ਧੀਰਜ ਦੇ ਨਾਲ ਲਿਆ ਕੇ ਪਿੱਛੇ ਲਾਸ਼ ਨੂੰ ਰੱਖਿਆ। ਤਜਹੁਤ ਫੰਗਨ ਕੋ ਕਹਿਓ, ਕਹਿੰਦੇ ਹੁਣ ਦੂਰ ਖੜ ਕੇ ਗੋਲੀਆਂ ਚਲਾਈਏ। ਪਹਾੜੀਆਂ ਨੇ ਵੀ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਤੇ ਪੀਰ ਬੁੱਧੂ ਸ਼ਾਹ ਨੇ ਵੀ ਦੋਵਾਂ ਪਾਸਿਆਂ ਤੋਂ ਗੋਲੀ ਫੇਰ ਚੱਲੀ ਜਾਂਦੀ, ਪਰ ਥੋੜੀ ਵਿੱਚ ਤੇ ਜਾ ਖੜੋਤੇ ਨੇ ਸੂਰਮੇ। ਧੀਰ ਜਾਈ ਕਹਿ ਪੀਰ ਕੋ, ਪੀਰ ਬੁੱਧੂ ਸ਼ਾਹ ਨੂੰ ਮਾਮਾ ਕਿਰਪਾਲ ਚੰਦ ਨੇ ਹੌਸਲਾ ਦਿੱਤਾ ਵੀ ਪੀਰ ਜੀ ਹੌਸਲਾ ਰੱਖੋ, ਸੂਰਮਿਆਂ ਨਾਲ ਹੀ ਇਹ ਕੰਮ ਹੁੰਦਾ, ਜੰਗ ਦੇ ਮੈਦਾਨ ਚ ਇਹੀ ਕੁਝ ਹੁੰਦਾ ਹੁੰਦਾ। ਹਾਂਜੀ ਸੂਰਮਿਆਂ ਨੇ ਨਾਲ ਦਿਆਂ ਸਾਥੀਆਂ ਨੇ ਹੌਸਲਾ ਦਿੱਤਾ ਵੀ ਹੁਣ ਹੌਸਲਾ ਨਾ ਢਾਇਆ ਜੇ ਪੀਰ ਜੀ, ਇਹ ਸੱਟ ਤਾਂ ਬੜੀ ਵੱਡੀ ਹੁੰਦੀ ਹੈ, ਇਹ ਗੱਲਾਂ ਕਰਨੀਆਂ ਸੌਖੀਆਂ। ਸਾਧ ਸੰਗਤ ਜੀ, ਪੁੱਤਰ ਨੂੰ ਤਾਂ ਬੁਖਾਰ ਚੜ੍ਹ ਜੇ ਨਾ ਤੇ ਮਾਪਿਆਂ ਨੂੰ ਰੋਟੀ ਨਹੀਂ ਚੰਗੀ ਲੱਗਦੀ, ਤੇ ਜਦੋਂ ਸਾਹਮਣੇ ਪੁੱਤਰ ਸ਼ਹੀਦ ਹੁੰਦੇ ਨੇ ਉਹ ਮਾਪੇ ਕਿੱਡੇ ਕੁ ਦਿਲ ਦਲੇਰ ਹੋਣਗੇ ਜਿਹੜੇ ਉਹ ਸ਼ਹੀਦ ਵੇਖਦੇ ਨੇ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਹਨ, ਧੰਨ ਪੀਰ ਬੁੱਧੂ ਸ਼ਾਹ ਜੀ। ਜਦੋਂ ਪੁੱਤਰ ਸ਼ਹੀਦ ਹੋ ਗਿਆ ਤੇ ਸਾਥੀਆਂ ਨੇ ਸਿਆਣਿਆਂ ਨੇ ਯੋਧਿਆਂ ਨੇ ਮਾਮੇ ਕਿਰਪਾਲ ਵਰਗਿਆਂ ਨੇ ਹੌਸਲਾ ਦਿੱਤਾ। ਚੱਲਿਓ ਚਹਿਤ ਚਿਤ ਚੌਂਕ ਤੇ, ਪਰ ਉਹਨਾਂ ਦਾ ਜੰਗ ਨੂੰ ਉਤਸ਼ਾਹ ਉਸੇ ਤਰ੍ਹਾਂ ਸੀ, ਬੜੇ ਚਾਹ ਨਾਲ ਅੱਗੇ ਵਧਣਾ ਚਾਹੁੰਦੇ, ਲੜਨਾ ਚਾਹੁੰਦੇ ਨੇ। ਅਗਨੀ ਸੁੱਤ ਕੇ ਤੀਰ, ਕਹਿੰਦੇ ਆਪਣੇ ਮਾਮਾ ਕਿਰਪਾਲ ਚੰਦ ਜੀ
ਆਪਣੀ ਭੈਣ ਦੇ ਪੁੱਤਰ ਕੋਲ ਜਾਣਾ ਚਾਹੁੰਦੇ ਵਾਪਸ। ਕੌਣ? ਭੈਣ ਦੇ ਪੁੱਤਰ ਮਾਤਾ ਗੁਜਰੀ ਦੇ ਲਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਵਾਪਸ ਆ ਗਏ। ਮਾਮਾ ਕਿਰਪਾਲ ਜੀ, ਦੁਸ਼ਮਣ ਦਾ ਘੋੜਾ ਮਾਰ ਆਏ ਨੇ। ਮਾਤ ਗੋਪਾਲ ਚੰਦ ਦੀ ਸਾਰੀ ਗੱਲ ਦਸਵੇਂ ਪਾਤਸ਼ਾਹ ਨੂੰ ਦੱਸੀ ਹੈ। ਤੇ ਗੋਪਾਲ ਚੰਦ ਨੇ ਜਾ ਕੇ ਆਪਣਾ ਘੋੜਾ ਬਦਲਿਆ, ਫਿਰ ਹੋਰ ਘੋੜਾ ਮੰਗਾਇਆ ਉਹਨੇ ਵੀ। ਗੋਪਾਲ ਚੰਦ ਫਿਰ ਘੋੜੇ ਤੇ ਚੜ ਕੇ ਫੇਰ ਮੈਦਾਨ ਚ ਆ ਗਿਆ। ਇਧਰ ਮਾਮੇ ਕਿਰਪਾਲ ਨੇ ਸਤਿਗੁਰੂ ਕਲਗੀਧਰ ਜੀ ਨੂੰ ਸਾਰੀ ਵਾਰਤਾ ਸੁਣਾਈ, ਸਾਰਾ ਬਿਰਤਾਂਤ ਦੱਸਿਆ ਵੀ ਕਿਸ ਤਰ੍ਹਾਂ ਗੋਪਾਲ ਚੰਦ ਆਇਆ ਸੀ ਤੇ ਉਹਦਾ ਘੋੜਾ ਮੇਰੇ ਹੱਥੋਂ ਮਰਿਆ, ਆਹ ਉਹ ਭੱਜ ਗਿਆ ਜੇ ਖੜਦਾ ਤੇ ਮੈਂ ਉਹਨੂੰ ਵੀ ਪਾਲ ਬੁਲਾ ਦਿੰਦਾ, ਤੇ ਦੂਜਾ ਪੀਰ ਜੀ ਦਾ ਇੱਕ ਪੁੱਤਰ ਸ਼ਹੀਦ ਹੋ ਗਿਆ। ਦਸਵੇਂ ਪਾਤਸ਼ਾਹ ਕਹਿੰਦੇ ਪੀਰ ਬੁੱਧੂ ਸ਼ਾਹ ਨੂੰ ਸ਼ਾਬਾਸ਼, ਸਾਧ ਸਾਧ ਸ਼ਾਬਾਸ਼ ਸ਼ਾਬਾਸ਼, ਇਹੋ ਜਿਹੇ ਮਰਦ ਮਹਾਂਪੁਰਸ਼ ਨੂੰ ਨਮਸਕਾਰ ਹੈ ਜਿਹਨੇ ਮੈਦਾਨੇ ਜੰਗ ਦੇ ਵਿੱਚ ਗੁਰੂ ਤੋਂ ਆਪਣਾ ਪੁੱਤਰ ਵਾਰ ਦਿੱਤਾ। ਉਹਨੇ ਆਪਣੀ ਆਨ ਰੱਖ ਲਈ ਹੈ, ਜ਼ਿੰਮੇਵਾਰੀ ਲਈ ਸੀ ਨਾ, ਬਚਨ ਕੀਤਾ ਸੀ ਗੁਰੂ ਕਲਗੀਧਰ ਪਾਤਸ਼ਾਹ ਨੂੰ, ਪਠਾਨ ਦਿੱਤੇ ਸੀਗੇ 500, ਪਠਾਨ ਭੱਜ ਗਏ ਪਰ ਪੀਰ ਜੀ ਨੇ ਉਹ ਲਾਜ ਨਿਭਾ ਦਿੱਤੀ ਹੈ। ਹੰਡੂਰੀਆ ਤੇ ਚੰਦੇਲੀਏ ਰਾਜੇ ਆਪਣੀ ਆਪਣੀ ਫੌਜ ਲੈ ਕੇ ਕਲਗੀਧਰ ਪਾਤਸ਼ਾਹ ਨਾਲ ਯੁੱਧ ਕਰਨ ਵਾਸਤੇ ਗੋਲੀਆਂ ਦਾ ਮੀਂਹ ਬਣਾਉਂਦੇ ਹੋਏ ਹੰਡੂਰੀਆ ਤੇ ਚੰਦੇਲੀਆ ਦੋਵੇਂ ਰਾਜੇ ਆ ਗਏ ਨੇ। ਅੱਗੇ ਪੰਜੇ ਭਰਾ ਸੰਗੋ ਸ਼ਾਹ ਜੀਤਮਲ ਮਾਰੀ ਚੰਦ ਗੁਰਾਵਰਾ ਗੰਗਾ ਰਾਮ ਲੜ ਰਹੇ ਨੇ। ਉਹਨਾਂ ਨੇ ਉਹਨਾਂ ਦਾ ਮੁਕਾਬਲਾ ਕੀਤਾ, ਦੋਵਾਂ ਪਾਸਿਆਂ ਤੋਂ ਜ਼ੋਰ ਪਾਇਆ ਹੈ, ਬੜੇ ਬੜੇ ਵੱਡੇ ਨਗਾਰਿਆਂ ਤੇ ਲੱਖ ਨਗਾਰੇ ਵੱਜਣ ਆਹੋ ਸਾਹਮਣੇ, ਆਪਣੇ ਸਾਹਮਣੇ ਨਗਾਰੇ ਵੱਜ ਰਹੇ ਨੇ। ਮਾਰੋ ਦਾ ਸ਼ੋਰ ਮਚਿਆ ਹੋਇਆ। ਸਤਿਗੁਰੂ ਕਲਗੀਧਰ ਜੀ ਤੀਰ ਗੜੀ ਤੇ ਖੜ ਕੇ ਜੰਗ ਦਾ ਨਜ਼ਾਰਾ ਵੇਖ ਰਹੇ ਨੇ। ਦੋਵਾਂ ਦਲਾਂ ਦੇ ਯੋਧਿਆਂ ਦਾ ਯੁੱਧ ਵੇਖ ਰਹੇ ਨੇ ਮਹਾਰਾਜ ਜੀ। ਸੂਰਮੇ ਆਪੋ ਆਪਣਾ ਬਲ ਲਾ ਕੇ ਦੁਸ਼ਮਣ ਨੂੰ ਮਾਰਦੇ ਨੇ। ਗੋਲੀਆਂ ਤੀਰਾਂ ਦਾ ਮੀਂਹ ਵਸ ਰਿਹਾ ਹੈ। ਭੀਖਮ ਖਾਨ ਹਯਾਤ ਖਾਨ, ਤੀਜਾ ਨਜਾਬਤ ਖਾਨ, ਫਤਿਹ ਸ਼ਾਹ ਰਾਜਾ ਇਹਨਾਂ ਨੂੰ ਕੋਲ ਬੁਲਾ ਕੇ ਕਹਿਣ ਲੱਗਾ, ਦੂਤ ਭੇਜਿਆ, ਬੰਦਾ ਭੇਜਿਆ, ਫਤਿਹ ਸ਼ਾਹ ਨੇ ਭੀਖਮ ਖਾਨ ਨੂੰ, ਨਜਾਬਤ ਖਾਨ ਨੂੰ, ਹਯਾਤ ਖਾਨ ਨੂੰ ਸੁਨੇਹਾ ਦਿੱਤਾ। ਉਹ ਦੂਤ ਆਇਆ ਫਤਿਹ ਸ਼ਾਹ ਦਾ ਤੇ ਪਠਾਣਾ ਨੂੰ ਕਹਿਣ ਲੱਗਾ, ਰਾਜਾ ਜੀ ਕਹਿੰਦੇ ਨੇ ਤੁਸੀਂ ਅੱਗੇ ਹੋ ਕੇ ਕਿਉਂ ਨਹੀਂ ਲੜਦੇ, ਕਾਰਨ ਆਪ ਬਚਾਵਤ ਹੋ, ਤੁਸੀਂ ਕਿਉਂ ਆਪਣਾ ਆਪ ਬਚਾਉਂਦੇ ਹੋ, ਕਿਉਂ ਪਿੱਛੇ ਲੁਕਦੇ ਹੋ? ਖਾਨ ਸਾਹਿਬ ਤੁਸੀਂ ਤੇ ਕਹਿੰਦੇ ਸੀ ਗੁਰੂ ਕੋਲ ਕੋਈ ਚੰਗਾ ਯੋਧਾ ਹੀ ਕੋਈ ਨਹੀਂ, ਅਸੀਂ ਇੱਕੋ ਚਪੇਟ ਨੂੰ ਢਾ ਲੈਣੇ ਦੇ ਸਿੱਖ, ਤੇ ਹੁਣ ਕੀ ਹੋ ਗਿਆ, ਕਿਉਂ ਪਿੱਛੇ ਖੜਦੇ ਹੋ? ਕਿਉਂ ਨੀ ਗੋਲੀਆਂ ਚਲਾਉਂਦੇ, ਕਿਉਂ ਨੀ ਤੀਰਾਂ ਦਾ ਮੀਂਹ ਬਣਾਉਂਦੇ? ਤੁਸੀਂ ਜੰਗੀ ਯੋਧੇ ਹੋ, ਤੁਸੀਂ ਤੇ ਕਹਿੰਦੇ ਸੀ ਵੀ ਗੁਰੂ ਦੇ ਕੋਲ ਜੱਟ ਧੀਵਰ ਤਰਖਾਣ ਨਾਈ ਛੀਪੇ ਗਵਾਰ ਜਾਤਾਂ ਦੇ ਗਰੀਬ ਲੋਕ ਹਨ,
ਉਹ ਕਿੱਥੇ? ਤੇ ਤੁਸੀਂ ਉਹਨਾਂ ਤੋਂ ਡਰ ਗਏ ਹੋ, ਜਿਹੜੇ ਉਹਨਾਂ ਨੂੰ ਤੁਸੀਂ ਗਵਾਰ ਕਹਿੰਦੇ ਸੀ ਉਹ ਤੁਹਾਨੂੰ ਅੱਗੇ ਲਾਈ ਫਿਰਦੇ ਨੇ। ਤੁਸੀਂ ਕਹਿੰਦੇ ਸੀ ਉਹਨਾਂ ਨੂੰ ਹਥਿਆਰ ਚਲਾਉਣਾ ਹੀ ਨਹੀਂ ਆਉਂਦਾ, ਹਥਿਆਰਾਂ ਦਾ ਭੇਤ ਹੀ ਕੋਈ ਨਹੀਂ। ਹੁਣ ਹੱਲਾ ਕਰਕੇ ਤੁਸੀਂ ਕਿਉਂ ਨੀ ਜਾ ਪੈਂਦੇ ਗੁਰੂ ਦੇ ਗਲ? ਅਸੀਂ ਤੁਹਾਨੂੰ ਪੌਂਟੇ ਦੀ ਸਾਰੀ ਲੁੱਟ ਮਾਫ ਕੀਤੀ, ਜੋ ਵੀ ਗੁਰੂ ਦੇ ਖਜ਼ਾਨੇ ਚੋਂ ਲੱਭੇਗਾ ਤੁਹਾਡਾ ਹੋਵੇਗਾ, ਹੀਰੇ ਮੋਤੀ ਸੋਨਾ ਚਾਂਦੀ ਜੋ ਲੁੱਟੋਗੇ ਤੁਹਾਡਾ ਹੋਏਗਾ, ਬਾਕੀ ਤੁਸੀਂ ਗੁਰੂ ਨੂੰ ਮਾਰ ਕੇ ਨਾ ਵਸਾਓ। ਇਹ ਸੁਣ ਕੇ ਭੀਖਨ ਖਾਂ ਬੋਲਿਆ, ਰਾਜਾ ਜੀ ਨੂੰ ਕਹਿ ਦਿਓ ਹੁਣ ਕੋਈ ਦੇਰ ਨਹੀਂ, ਬਸ ਥੋੜੇ ਦੇਰ ਦੀ ਗੱਲ ਹੈ, ਅਸੀਂ ਮੈਦਾਨ ਫਤਿਹ ਕਰ ਲੈਣਾ। ਬਸ 20 ਬੰਦੇ ਇਹਨਾਂ ਕੋਲ ਚੋਣਵੇਂ ਹਨ ਲੜਾਕੇ, ਬਾਕੀ ਤਾਂ ਐਵੇਂ ਬਾਹਰ ਇਕੱਠੀ ਕੀਤੀ ਸਿੱਖਾਂ ਦੀ। ਉਹਨਾਂ 20 ਬੰਦਿਆਂ ਨੂੰ ਸੰਗੋ ਸ਼ਾਹ ਨੂੰ, ਜੀਤ ਮਲ ਨੂੰ, ਮਾਰੀ ਚੰਦ ਨੂੰ, ਗੰਗਾ ਰਾਮ ਨੂੰ, ਦਇਆ ਰਾਮ ਨੂੰ, ਨੰਦ ਚੰਦ ਨੂੰ, ਮਾਮੇ ਕਿਰਪਾਲ ਨੂੰ ਜੇ ਮਾਰ ਲਿਆ ਬਾਕੀ ਤੇ ਉਹੀ ਭੱਜ ਜਾਣਗੇ। ਬਸ ਹੱਲਾ ਕਰਕੇ ਅਸੀਂ ਹੁਣੇ ਫਤਿਹ ਪ੍ਰਾਪਤ ਹੋ ਜਾਣਾ, ਤੁਸੀਂ ਚਿੰਤਾ ਨਾ ਕਰੋ ਰਾਜਾ ਜੀ, ਸਾਡੇ ਹੁੰਦੇ ਆ ਫਿਕਰ ਨਾ ਕਰੋ, ਫੜਾ ਮਾਰੀ ਜਾਂਦਾ ਭੀ ਕਰਤਾ। ਹਾਂਜੀ, ਲੜਾਈ ਦੇ ਕਈ ਦਾ ਹੁੰਦੇ ਨੇ, ਅਸੀਂ ਵੇਖ ਰਹੇ ਹਾਂ ਵੀ ਕਿਹੜਾ ਦਾ ਚੱਲੇਗਾ, ਫਿਰ ਅਸੀਂ ਗੁਰੂ ਦੇ ਸਿੱਖਾਂ ਨੂੰ ਮਾਰ ਕੇ ਪੌਂਟੇ ਤੇ ਕਬਜ਼ਾ ਕਰਾਂਗੇ। ਇੱਦਾਂ ਕਹਿ ਕੇ ਭੀਖਨ ਖਾਂ ਨੇ ਆਪਣੇ ਚੋਣਵੇਂ ਜੋਧੇ ਨਾਲ ਲਏ। ਪਠਾਣਾ ਨੂੰ ਕਹਿਣ ਲੱਗਾ, ਕਰੀਏ ਹੱਲਾ ਹੁਣ, ਆਪਾਂ ਜ਼ੋਰ ਪਾਈਏ, ਸਿੱਖਾਂ ਨੂੰ ਮਾਰ ਕੇ ਭਜਾਈਏ। ਇਹ ਸੁਣ ਕੇ ਹਯਾਤ ਖਾਂ ਗੁੱਸਾ ਖਾਧਾ, ਭੀਖਨ ਖਾਂ ਪਿੱਛੇ ਸਭ ਹੂੰ, ਔਰ ਭੀਖਨ ਖਾਂ, ਹਯਾਤ ਖਾਂ, ਨਜਾਵਤ ਖਾਂ ਸੂਰ ਚੱਲੇ ਨੇ, ਘੋੜੇ ਦੌੜਾ ਦੌੜਾ ਕੇ ਅੱਗੇ ਵਧੇ ਹਨ ਪਠਾਨ ਪੁੱਤਰ, ਬੜੇ ਤੀਰਾਂ ਦੀ ਵਰਖਾ ਕਰਦੇ ਨੇ ਤੇ ਸਿੱਖਾਂ ਨੂੰ ਤੀਰ ਮਾਰਦੇ ਨੇ ਕਸ ਕਸ ਕੇ। ਪਠਾਨ ਸਮੂਹਨ ਹੈ, ਪਿੱਛੇ ਪਠਾਨ ਨੇ ਤੇ ਅੱਗੇ ਨਜਾਬਤ ਖਾਂ, ਭੀਖਨ ਖਾਂ ਫੌਜ ਨੂੰ ਲਲਕਾਰਦੇ ਨੇ, ਗੋਲੀਆਂ ਤੀਰਾਂ ਦਾ ਮੀਂਹ ਬਣਾਉਂਦੇ ਨੇ ਤੇ ਮਾਰ ਲਓ ਕਹਿੰਦੇ ਨੇ। ਇੱਧਰ ਉੱਧਰ ਸੱਜੇ ਖੱਬੇ ਅੱਗੇ ਪਿੱਛੇ ਦੌੜ ਦੌੜ ਕੇ ਮਾਰਦੇ ਨੇ, ਜਿਹੜਾ ਅੱਗੇ ਵਧੇ ਉਹਨੂੰ ਤੀਰ ਮਾਰ ਕੇ ਢਾ ਲੈਂਦੇ ਨੇ। ਬੜਾ ਜੰਗ ਮਚਿਆ, ਨਗਾਰੇ ਵੱਜ ਰਹੇ ਨੇ, ਕਹਿੰਦੇ ਧਰਤੀ ਭੰਗਾਣੀ ਦੀ ਸੂਰਮਿਆਂ ਦੇ ਲਹੂ ਨਾਲ ਲਾਲ ਹੋ ਗਈ ਹੈ, ਗਾਰਾ ਬਣ ਗਿਆ ਮਿੱਝ ਦਾ ਤੇ ਖੂਨ ਦਾ, ਮਾਰ ਲੋ ਹੀ ਹੋ ਰਹੀ ਹੈ ਸਾਰੇ ਪਾਸੇ, ਪਰ ਗੋਲੀਆਂ ਪਾ ਪਾ ਕੇ ਬੰਦੂਕ ਵਿੱਚ ਤੇ ਗੋਲੀਆਂ ਦੀ ਵਰਖਾ ਕਰਦੇ ਨੇ, ਜਿਵੇਂ ਗੋਲੀ ਹਾਂਡੀ ਨੂੰ ਲੱਗੇ ਤੇ ਹਾਂਡੀ ਫੁੱਟ ਜਾਂਦੀ ਨਾ ਮਿੱਟੀ ਦੀ, ਏਦਾਂ ਕਹਿੰਦੇ ਜਦੋਂ ਮੱਥੇ 'ਚ ਗੋਲੀ ਵੱਜਦੀ ਤੇ ਸਿਰ ਦਾ ਪਟਾਕਾ ਪੈ ਜਾਂਦਾ ਹੈ, ਔਰ ਤਲਵਾਰਾਂ ਦੇ ਨਾਲ ਕਹਿੰਦੇ ਬਾਹਾਂ ਕੱਟੀਆਂ 'ਚ ਪਈਆਂ ਨੇ, ਸਿਰ ਤਾਂ ਇੰਝ ਪਏ ਨੇ ਜਿਵੇਂ ਹਾਂਡੀਆਂ ਪਈਆਂ ਹੁੰਦੀਆਂ, ਤੇ ਕਹਿੰਦੇ ਬਾਹਾਂ ਇੰਝ ਪਈਆਂ ਨੇ ਜਿਵੇਂ ਕੜਛੀਆਂ ਪਈਆਂ, ਕਵੀ ਦੀ ਰੂਪਕ ਬਣ ਰਹੇ ਨੇ, ਪਰ ਘਰ ਦੀ ਰਸੋਈ ਦੇ ਵਿੱਚ ਇੱਕ ਹਾਂਡੀ ਮਿੱਟੀ ਦੀ, ਉਹਦਾ 'ਚ ਮਾਈਆਂ ਬੀਬੀਆਂ ਦਾਲ ਵਗੈਰਾ ਬਣਾਉਂਦੀਆਂ ਸਨ ਤੇ ਕੜਛੀਆਂ ਨਾਲ ਪਾਉਂਦੀਆਂ ਸਨ, ਕਹਿੰਦੇ ਸਿਰਾਂ ਦੀਆਂ ਹੰਡੀਆਂ ਨੇ ਤੇ ਬਾਹਾਂ ਦੀਆਂ ਟੁੱਟੀਆਂ ਵੱਡੀਆਂ ਬਾਹਾਂ ਦੀਆਂ ਕੜਛੀਆਂ ਪਈਆਂ ਨੇ, ਤੇ ਢਾਲਾਂ ਜਿਵੇਂ ਥਾਲ ਪਰੋਸੇ ਹੁੰਦੇ ਨੇ, ਵਿੱਚ ਆਹਾਰ ਕਰੀ ਤੇ ਵਿੱਚ ਖਾਣਾ ਕਹਿੰਦੇ ਮਿੱਝ ਦਾ
ਲਹੂ ਦਾ ਵਾਸਦਾ ਹੈ। ਚੌਂਹਠ ਕਲ ਜੋਗਣਾ 52 ਵੀਰ ਕਿਰਕਾਰੀਆਂ ਮਾਰ ਕੇ ਖੂਨ ਪੀਂਦੇ ਨੇ। ਕਹਿੰਦੇ ਸੂਰਮਿਆਂ ਦੇ ਪਿੰਜਰਾਂ ਵਿੱਚੋਂ ਲਹੂ ਕੱਢ ਕੱਢ ਪੀਂਦੇ ਨੇ। ਗਿੱਦੜ ਆ ਗਏ ਨੇ ਤੇ ਸੂਰਮਿਆਂ ਦਾ ਖੂਨ ਪੀ ਕੇ ਕੂਕਾਂ ਮਾਰਦੇ ਨੇ। ਕਿੱਦਾਂ ਆ ਕੇ ਚੀਕਾਂ ਮਾਰਦੀਆਂ ਨੇ, ਇੱਲਾਂ ਤੇ ਚਿੱਟੀਆਂ ਚੀਨਾਂ ਚੀਕ ਝਿਆੜਾ ਪਾ ਰਹੀਆਂ ਨੇ ਮੈਦਾਨ ਦੇ ਜੱਗ ਦਾ। ਇਹਨੂੰ ਕਹਿੰਦੇ ਨੇ ਰੁਦਰ ਰਸ, ਬੀਬਤਸ ਰਸ। ਪਹਿਲਾਂ ਸੀ ਉਤਸ਼ਾਹ ਵਾਲਾ ਵੀਰ ਰਸ, ਹੁਣ ਕਵੀ ਜੀ ਵਰਣਨ ਕਰ ਰਹੇ ਰੁਦਰ ਰਸ ਤੇ ਬੀਬਤਸ ਰਸ। ਬਹੁਤ ਭਿਆਨਕ ਹੁੰਦਾ, ਡਰਾਉਣਾ ਸੀਨ ਹੁੰਦਾ, ਜਿਹਦਾ ਨਾਂ ਸੁਣ ਕੇ ਹੀ ਕੰਪਨੀ ਛਿੜ ਜਾਂਦੀ। ਜਿਹਨਾਂ ਨੇ ਵੇਖਿਆ ਹੁੰਦਾ ਉਹ ਕਿੰਨਾ ਆਰਾਮ ਹੁੰਦਾ। ਲਾਸ਼ਾਂ ਨੂੰ ਕੁੱਤੇ ਘੜੀਸਦੇ ਫਿਰਦੇ ਨੇ, ਪੇਟ ਦੀਆਂ ਆਂਦਰਾਂ ਗਿੱਦੜ ਖਾਈ ਜਾਂਦੇ ਨੇ, ਇੱਲਾਂ ਮਾਸ ਖਾਂਦੀਆਂ ਨੇ। ਚੰਡੀ ਦੀ ਵਾਰ ਵਿੱਚ ਸੱਚੇ ਪਾਤਸ਼ਾਹ ਨੇ ਵੀ ਨਕਸ਼ਾ ਬੰਨਿਆ, ਭੂਤਾਂ ਇੱਲਾਂ ਕਾਗੀ ਗੋਸਤ ਪੱਖਿਆ, ਹੁੰਬੜ ਧੁੰਬੜ ਜਾਗੀ ਕੱਤੀ ਸੂਰਿਆਂ। ਇਹੋ ਜਿਹਾ ਮੈਦਾਨੇ ਜੱਗ ਦਾ ਨਕਸ਼ਾ ਹੈ। ਕਹਿੰਦੇ ਕਈ ਘਾਇਲ ਹੋਏ ਪਏ ਨੇ, ਉੱਠ ਕੇ ਤੁਰ ਨਹੀਂ ਸਕਦੇ, ਲੱਤਾਂ ਗੋਡੇ ਟੁੱਟ ਗਏ ਨੇ ਤੇ ਪਾਣੀ ਪਾਣੀ ਮੰਗਦੇ ਨੇ। ਇੱਕ ਲਹੂ ਦੇ ਵਿੱਚ ਪਰਸੇਟੇ ਮਾਰਦੇ ਨੇ, ਕੱਪੜੇ ਲਹੂ ਨਾਲ ਭਿੱਜੇ ਨੇ। ਬੜੇ ਖਾਨ ਮਾਰੇ ਗਏ ਨੇ ਤੇ ਬੜੇ ਸਿੱਖ ਵੀ ਸ਼ਹੀਦ ਹੋ ਗਏ ਨੇ। ਪਰਿਵਾਰਾਂ ਦੇ ਨਾਲ ਸੂਰਮਿਆਂ ਦੇ ਸਰੀਰ ਤੇ ਪੋਛੇ ਲੈ ਗਏ ਨੇ। ਕਹਿੰਦੇ ਹਯਾਤ ਖਾਨ ਤੀਰਾਂ ਦੇ ਤੀਰ ਚਲਾਈ ਜਾਂਦਾ ਹੈ, ਗੁਰੂ ਦੇ ਸਿੱਖਾਂ ਦੇ ਪੈਰ ਨਹੀਂ ਲੱਗਣ ਦਿੰਦਾ। ਬੜਾ ਸੂਰਮਾ ਹਯਾਤ ਖਾਨ, ਤੀਰ ਅੰਦਾਜ਼ ਬੜਾ ਚੰਗੀ ਹੈ ਤੇ ਬਹੁਤ ਸਾਰੇ ਸਿੱਖਾਂ ਨੂੰ ਮਾਰਦਾ ਹੈ ਤੀਰਾਂ ਨਾਲ। ਉਹ ਆਪਣਾ ਆਪ ਬਚਾ ਕੇ ਸਿੱਖਾਂ ਨੂੰ ਮਾਰਦਾ ਹੈ, ਆਪਣੇ ਘੋੜੇ ਨੂੰ ਤੇਜ਼ ਕਰ ਕਰਕੇ ਲਲਕਾਰ ਲਲਕਾਰ ਕੇ ਸਿੱਖਾਂ ਨੂੰ ਮਾਰਦਾ ਹੈ। ਕਹਿੰਦੇ ਮੈਦਾਨੇ ਜੱਗ ਜਾ ਆਪਣਾ ਬੜਾ ਬਲ ਦਿਖਾ ਰਿਹਾ ਹਯਾਤ ਖਾਨ। ਜਿਹਨੂੰ ਤੀਰ ਮਾਰਦਾ ਉਹਨੂੰ ਥਾਂ ਹੀ ਮਾਰ ਦਿੰਦਾ, ਉਹਦਾ ਤੀਰ ਖਾਲੀ ਨਹੀਂ ਜਾਂਦਾ ਹਯਾਤ ਖਾਨ ਦਾ। ਉਸ ਵੇਲੇ ਦਸਵੇਂ ਪਾਤਸ਼ਾਹ ਦੇ ਕੋਲ ਮਹੰਤ ਕਿਰਪਾਲ ਦਾਸ ਜੀ ਉਦਾਸੀ ਖੜੇ ਨੇ। ਮਹੰਤ ਕਿਰਪਾਲ ਦਾਸ ਜੀ ਨੇ ਵੇਖਿਆ ਹਯਾਤ ਖਾਨ ਸਿੱਖਾਂ ਦਾ ਬਹੁਤ ਨੁਕਸਾਨ ਕਰ ਰਿਹਾ ਤੇ ਮਹੰਤ ਜੀ ਨੂੰ ਵੀਰ ਰਸ ਚੜ ਗਿਆ। ਕਹਿੰਦੇ ਬੜਾ ਜ਼ੋਰ ਦੇ ਨਾਲ ਆਪਣਾ ਘੋੜਾ ਦੌੜਾ ਦੌੜਾ ਕੇ ਪੈਂਦਾ ਹਯਾਤ ਖਾਨ। ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਸਾਡੇ ਦਲ ਦਾ ਬੜਾ ਨੁਕਸਾਨ ਕਰ ਰਿਹਾ, ਨਿਮਕ ਹਰਾਮੀ ਗੁਰੂ ਘਰ ਦਾ ਹੀ ਲੂਣ ਖਾ ਕੇ ਤੇ ਅੱਜ ਦੁਸ਼ਮਣ ਨਾਲ ਲੜ ਗਿਆ। ਮਹੰਤ ਕਿਰਪਾਲ ਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਜੀ ਮੈਨੂੰ ਆਗਿਆ ਬਖਸ਼ੋ, ਮੈਂ ਇਹਦੇ ਨਾਲ ਦੋ ਹੱਥ ਕਰਨਾ ਚਾਹੁੰਦਾ, ਮੈਂ ਇਹਨੂੰ ਦੋ ਹੱਥ ਵਿਖਾਣੇ ਚਾਹੁੰਦਾ, ਮੈਂ ਪਿੱਛੇ ਨਹੀਂ ਹਟਾਂਗਾ। ਸਾਡੇ ਬੜੇ ਬੜੇ ਯੋਧੇ ਮਾਰ ਬੈਠਾ ਹੈ, ਆਪਣੇ ਆਪ ਨੂੰ ਬਚਾ ਕੇ ਕਿਸੇ ਸਿੱਖ ਦੇ ਵਾਰ ਥੱਲੇ ਆਉਂਦਾ ਹੀ ਨਹੀਂ ਪਿਆ, ਰੁੱਖ ਹੀ ਨਹੀਂ ਆ ਰਿਹਾ ਕਿਸੇ ਸਿੱਖ ਦੇ। ਪਹਿਲਾਂ ਮਹਾਰਾਜ ਮੈਂ ਇਹਨੂੰ ਮਾਰਾਂਗਾ ਤੇ ਪ੍ਰਾਣ ਲਵਾਂਗਾ, ਆਪ ਦੇ ਦਰਸ਼ਨ ਕਰਾਂਗਾ ਆ ਕੇ। ਇਹਨੂੰ ਕਹਿੰਦੇ ਉਤਸ਼ਾਹ, ਇਹ ਨਹੀਂ ਵੀ ਮੈਂ ਜਾ ਕੇ ਮਰ ਜਾਂਗਾ, ਉਹ ਕਹਿੰਦੇ ਮਾਰ ਕੇ ਆਵਾਂਗਾ। ਜੇ ਇਹ ਇਰਾਦਾ ਹੋਵੇ ਤਾਂ ਹੀ ਕੁਝ ਬੰਦਾ ਕਰਦਾ, ਜੇ ਪਹਿਲਾਂ ਹੀ ਸੋਚੇ ਮੈਂ ਮਾਰੀ ਜਾਣਾ ਤਾਂ ਨਹੀਂ ਕਰਨਾ, ਮਰਨਾ ਤਾਂ ਪ੍ਰਵਾਨ ਕਰਦੇ ਹੀ ਨੇ।
ਮੌਤ ਨੂੰ ਤਾਂ ਕਬੂਲ ਕਰਦੇ ਪਰ ਇਰਾਦਾ ਦਾਈਆ ਜਿੱਤਦਾ ਰੱਖਦੇ ਅਸੂਲ ਮੈਂ। ਕਹਿੰਦੇ ਮਹਾਰਾਜ ਜੀ ਮੈਂ ਉਹਨੂੰ ਮਾਰ ਕੇ ਫਿਰ ਆਪਦੇ ਦਰਸ਼ਨ ਆ ਕੇ ਕਰਦਾ ਹਾਂ। ਕਲਗੀਧਰ ਪਾਤਸ਼ਾਹ ਮਹੰਤ ਕਿਰਪਾਲ ਦਾਸ ਦਾ ਭਜਨ ਸੁਣ ਕੇ ਮੁਸਕਰਾ ਕੇ ਬੋਲੇ ਮਹਾਰਾਜ ਕਹਿੰਦੇ ਮਾਂ ਪੁੱਛੋ ਤੁਹਾਡੇ ਰਸਨਾ ਦੇ ਬੋਲਾਂ ਦਾ ਪ੍ਰਤਾਪ ਹੈ। ਆਪੋ ਸਤਨਾਮ ਸ੍ਰੀ ਅੱਠੇ ਪਹਿਰ ਗੁਰਬਾਣੀ ਪੜ੍ਹਨ ਵਾਲਾ ਨਾਮ ਜਪਣ ਵਾਲਾ ਜੋ ਬੋਲ ਦੇਵੇ ਨਾ ਉਹ ਕੋਈ ਦੁਨੀਆਂ ਦੀ ਤਾਕਤ ਟਾਲ ਹੀ ਨਹੀਂ ਸਕਦੀ। ਨਾਨਕ ਦਾਸ ਮੁਕਤ ਜੋ ਬੋਲੇ ਇਹਾ ਉਹਾ ਸੱਚ ਹੋ। ਪਰ ਇਹ ਫਤਿਹ ਗੁਰਪਾਵ ਹੈਗੇ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਤੁਹਾਡੇ ਵਚਨ ਸੀ ਤੁਸੀਂ ਕਿਹਾ ਸੀ। ਸੰਤ ਕਿਰਪਾਲ ਦਾਸ ਨੇ ਮਹਾਰਾਜ ਪੁੱਛਦੇ ਸੰਤ ਜੀ ਤੁਸੀਂ ਮਹਾਂਪੁਰਸ਼ ਹੋ ਇਹ ਦੱਸੋ ਜੰਗ ਅਸੀਂ ਜਿੱਤਾਂਗੇ ਕਿ ਕੀ ਹੋਵੇਗਾ। ਤੇ ਮਹੰਤ ਨੇ ਆਖਿਆ ਸੀ ਮਹਾਰਾਜ ਤੁਸੀਂ ਤੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਨੂੰ ਤੁਹਾਨੂੰ ਕੌਣ ਹਰਾ ਸਕਦਾ ਤੁਹਾਡੀ ਫਤਿਹ ਹੋਵੇਗੀ। ਤੇ ਮਹਾਰਾਜ ਹੁਣ ਦੁਬਾਰਾ ਯਾਦ ਕਰਾ ਮਹਾਂਪੁਰਸ਼ੋ ਤੁਸੀਂ ਕਿਹਾ ਸੀ ਵੀ ਤੁਸੀਂ ਜਿੱਤੋਗੇ ਤੇ ਤੁਹਾਡੇ ਵਚਨ ਪੂਰੇ ਹੋਣੇ। ਦੁਸ਼ਮਣ ਨੂੰ ਖਪਾ ਕੇ ਰੋੜ ਦਿਆਂਗੇ ਨਦੀ ਦੇ ਵਿੱਚ। ਮਹਾਂਪੁਰਸ਼ ਤੁਹਾਡੇ ਵਰਗੇ ਸੰਤਾਂ ਦੀ ਰੀਤ ਹੈ ਜੋ ਤੁਸੀਂ ਕਹਿ ਦਿੰਦੇ ਹੋ ਉਹ ਪੂਰਾ ਹੁੰਦਾ ਹੈ। ਜੋ ਵਰ ਦੇ ਦਿਓ ਵਰ ਪੂਰਾ ਹੁੰਦਾ ਜੇ ਸ਼ਰਾਪ ਦੇ ਦਿਓ ਸ਼ਰਾਪ ਪੂਰਾ ਹੁੰਦਾ। ਮਹਾਂਪੁਰਸ਼ ਦੇ ਬੋਲ ਕਦੇ ਅਧੂਰੇ ਨਹੀਂ ਜਾਂਦੇ ਖਾਲੀ ਨਹੀਂ ਜਾਂਦੇ। ਮਹੰਤ ਕਿਰਪਾਲ ਦਾਸ ਜੀ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਬੋਲੇ ਵੀਰ ਰਸ ਚ ਆ ਗਿਆ ਸਾਧ ਕਿਰਪਾਲ ਦਾਸ ਤੇ ਵੀਰ ਰਸ ਵਿੱਚ ਆ ਕੇ ਬਚਨ ਕਰਦੇ ਨੇ ਸੰਤ ਜੀ ਸੱਚੇ ਪਾਤਸ਼ਾਹ ਜੀ ਜੰਗ ਤੇ ਤੁਸੀਂ ਕਰ ਰਹੇ ਹੋ ਤੁਸੀਂ ਮੇਰੇ ਅੰਗ ਸੰਗ ਹੋ ਸਭ ਕੁਛ ਕਰਨਾ ਤੁਸੀਂ ਹੈ ਮੈਂ ਕੁਛ ਨਹੀਂ ਹਾਂ ਮਹਾਰਾਜ ਕਰਨ ਵਾਲੇ ਆਪ ਪਰਮੇਸ਼ਰ ਹੋ। ਪਰ ਮੇਰੇ ਕੋਲ ਲੂਣ ਹਰਾਮੀ ਦਾ ਵੇਖਿਆ ਨਹੀਂ ਜਾ ਰਿਹਾ ਇਹ ਸਾਡੇ ਸਾਹਮਣੇ ਅੜਿਆ ਸਾਡੇ ਜੋਧੇ ਮਾਰੀ ਜਾਂਦਾ ਹੈ ਇਹਦੇ ਬਲ ਦਾ ਇਹਦੇ ਵਾਧੇ ਦਾ ਮੇਰੇ ਤੋਂ ਚਰਿਆ ਨਹੀਂ ਜਾ ਰਿਹਾ। ਇਹ ਸਾਡੇ ਦਲ ਨੂੰ ਡਰਾ ਰਿਹਾ ਦਹਿਸ਼ਤ ਪਾ ਦਿੱਤੀ ਹੈ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਹੈ। ਜਦੋਂ ਕਲਗੀ ਧਰ ਨੇ ਸੰਤ ਬਾਬਾ ਕਿਰਪਾਲ ਦਾਸ ਜੀ ਉਦਾਸੀ ਦੇ ਬਚਨ ਸੁਣੇ ਪ੍ਰਸੰਨ ਹੋ ਕੇ ਮਹਾਰਾਜ ਜੀ ਬੋਲੇ ਹਥਿਆਰ ਕਹਾਂ ਜੋ ਪ੍ਰਹਾਰ ਹੋ ਗਏ। ਬਾਬਾ ਜੀ ਕਿਹੜਾ ਸ਼ਸਤਰ ਲੈ ਕੇ ਚਲਾਓਗੇ ਤੁਹਾਡੇ ਕੋਲ ਸ਼ਸਤਰ ਕਿਹੜਾ ਜਿਹੜਾ ਜਾ ਕੇ ਹਯਾਤ ਖਾਨ ਨੂੰ ਮਾਰੋਗੇ ਕਿਹੜੇ ਸ਼ਸਤਰ ਨਾਲ ਮਾਰੋਗੇ ਇਸ ਹਯਾਤ ਖਾਨ ਨੂੰ। ਤਲਵਾਰ ਤੋਂ ਫੰਗ ਨਾ ਤੋਮਰ ਹੈ ਨਾ ਤੁਹਾਡੇ ਕੋਲ ਤਲਵਾਰ ਹੈ ਨਾ ਬੰਦੂਕ ਹੈ ਨਾ ਬੱਚਾ ਹੈ ਧਨਵਾਨ ਮਹਾਨ ਨਹੀਂ ਕਰ ਹੈ ਨਾ ਤੁਹਾਡੇ ਕੋਲ ਤੀਰ ਕਮਾਨ ਹੈ ਘਰ ਬਚਾਵਨ ਅੰਗਨ ਕੋ ਤੇ ਢਾਲ ਵੀ ਨਹੀਂ ਤੁਹਾਡੇ ਕੋਲ ਦੁਸ਼ਮਣ ਦਾ ਵਾਰ ਰੋਕਣ ਲਈ ਜੰਗ ਕਿਵੇਂ ਕਰੋਗੇ ਕਿਹਦੇ ਨਾਲ ਜਾ ਕੇ ਤੁਸੀਂ ਸੰਤ ਜੀ ਸੁਣ ਸੰਤ ਕਿਰਪਾਲ ਕਿਰਪਾਲ ਰਹੇ ਹੋ ਸੰਤ ਕਿਰਪਾਲ ਦਾਸ ਨੇ ਕਿਰਪਾਲ ਨੂੰ ਸਤਿਗੁਰਾਂ ਵੱਲ ਵੇਖਿਆ ਕਿਰਪਾਲ ਚੰਦ ਵੀ ਕੋਲ ਖੜੇ ਸਨ ਕਹਿਣ ਲੱਗਾ ਮਹਾਰਾਜ ਜੀ ਆ ਵੇਖੋ ਨਾ ਮੇਰੇ ਕੋਲ ਸਲੋਤਰ ਪੁੱਤ ਇਹ ਮੇਰੇ ਕੰਧੇ ਤੇ ਹਰ ਵੇਲੇ ਰਹਿੰਦਾ
ਇਹ ਮੇਰਾ ਪਰਖਿਆ ਹੋਇਆ ਸ਼ਸਤਰ ਹੈ ਮਹਾਰਾਜ, ਇਹਦੇ ਨਾਲ ਹੀ ਮੋਰਚਾ ਫਤਿਹ ਕਰ ਦਿਆਂਗਾ। ਇਹ ਵੱਡਾ ਸ਼ਸਤਰ ਹੈ ਮਹਾਰਾਜ, ਤੁਹਾਡੀ ਕਿਰਪਾ ਨਾਲ ਮਿਲਿਆ ਹੈ। ਸੰਗ ਹੀ ਆਤ ਪ੍ਰਹਾਰ ਕਰੋ, ਹਾਂ ਇਹਦੇ ਨਾਲ ਹੀ ਮਾਰਾਂਗੇ ਹਾਥਾਂ ਨੂੰ। ਤੁਮਰੋ ਬਲ ਪਾਏ ਰਤੀ ਨਾ ਡਰੋ, ਮਹਾਰਾਜ ਤੁਹਾਡੀ ਕਿਰਪਾ ਨੇ ਕੰਮ ਕਰਨਾ, ਮੈਨੂੰ ਰਤੀ ਨੀ ਡਰ ਲੱਗ ਰਿਹਾ, ਮੈਂ ਛੋਟੇ ਨਾਲ ਹੀ ਪਾਰ ਬਣਾ ਦਿਆਂਗਾ। ਲੋ ਚਲ ਜਾਏ ਨਾ ਛੋਰ ਹਮਗੋ, ਜਿੱਥੇ ਭੱਜ ਕੇ ਜਾਣਾ ਭੱਜ ਲਵੇ ਹਯਾਤ ਖਾਂ, ਪਹਾੜ ਦੀ ਕੰਧਰ ਚ ਵੀ ਲੁਕ ਗਿਆ ਉੱਥੇ ਵੀ ਲੱਭ ਕੇ ਮਾਰ ਦਿਆਂਗਾ। ਤੁਹਾਡਾ ਹੀ ਤੇਜ ਪ੍ਰਤਾਪ, ਤੁਹਾਡੀ ਕਿਰਪਾ ਹੈ। ਕਹਿ ਦੇਹੋ ਕਿਰਪਾਲ ਸੋ ਆਏ ਸਕੋ, ਮਹਾਰਾਜ ਮੈਨੂੰ ਆਗਿਆ ਬਖਸ਼ੋ। ਪਠਾਨ ਪਿਖੋ ਇਸਕੋ, ਮਾਮਾ ਕਿਰਪਾਲ ਚੰਦ ਜੀ ਕਹਿਣ ਲੱਗੇ ਬਾਪੂ ਮਹਾਰਾਜ ਤੇਰੇ ਆ ਗਿਆ ਸੰਤਾਂ ਨੂੰ ਕਰਨ ਦੇ, ਉਹਨਾਂ ਨੂੰ ਕੁਛ ਮੁਸਕਾਏ ਪ੍ਰਭੂ ਤਬ ਬਾਤ ਕਹਿਓ, ਮੁਸਕਰਾ ਕੇ ਸੱਚੇ ਪਾਤਸ਼ਾਹ ਜੀ ਬੋਲੇ। ਖਾਨ ਹਯਾਤ ਰਿਦਾ ਚੋ ਚਹਿਓ, ਕਹਿਣ ਲੱਗੇ ਜਾਓ ਫਿਰ ਸੰਤ ਜੀ, ਜੇ ਮਾਤਾ ਦਾ ਹਯਾਤ ਖਾਨ ਭਰ ਦਿਓ ਭੋਗ ਪਾ ਦਿਓ, ਪੜ੍ਹ ਦਿਓ ਬਾਤੀ ਆਏ ਦਾ। ਬਿਨਤੀ ਜਗ ਮੈਂ ਜਦ ਭੀਮ ਗਦਾ, ਹਾਂ ਕਹਿੰਦੇ ਜਿਵੇਂ ਭੀਮ ਚੰਦਰ ਭੀਮ ਸੈਨ ਦੀ ਗਦਾ ਪ੍ਰਸਿੱਧ ਹੈ ਨਾ ਮਹਾਭਾਰਤ ਦੇ ਜੰਗ ਤੋਂ ਲੈ ਕੇ ਅੱਜ ਤਾਈਂ, ਵੀ ਉਹਦੇ ਗਦਾ ਦੇ ਨਾਲ ਪਹਾੜ ਚੂਰ ਹੋ ਜਾਂਦੇ ਸੀ, ਉਹਦੀ ਗਦਾ ਦੇ ਅੱਗੇ ਬੜੇ ਬੜੇ ਸੂਰਮੇ ਮਾਤ ਪੈ ਜਾਂਦੇ ਸੀ ਜਦੋਂ ਭੀਮ ਗਦਾ ਮਾਰਦਾ ਸੀ। ਹਾਂਜੀ, ਕੁਤਕਾਤ ਨਜਨ ਹੈ ਲੋਕ ਸਦਾ, ਮੇਰੇ ਖਾਲਸੇ ਪੰਥ ਵਿੱਚ ਸੰਤ ਕਿਰਪਾਲ ਦਾਸ ਜੀ ਤੇਰੇ ਕੁਤਕੇ ਦੀ ਕਥਾ ਚੱਲੇਗੀ, ਸਦਾ ਹੀ ਗੂੰਜੇਗੀ, ਜਿਵੇਂ ਭੀਮ ਦੀ ਗਦਾ ਗੂੰਜਦੀ ਹੈ। ਮਹਾਭਾਰਤ ਪੜ੍ਹ ਕੇ ਮੇਰੇ ਇਤਿਹਾਸ ਦੇ ਗ੍ਰੰਥਾਂ ਵਿੱਚ ਤੇਰੀ ਤੇਰੇ ਸਰੋਤਰ ਦੀ ਕਥਾ ਚੱਲੇਗੀ, ਤੇਰੇ ਸੋਟੇ ਦੀ ਕਥਾ ਚੱਲੇਗੀ। ਹਾਂਜੀ, ਗੁਰੂ ਕੇਸਨ ਪਾਕ ਆਨੰਦ ਭਇਓ, ਬਾਬਾ ਦਾ ਸੱਜੇ ਪਾਤਸ਼ਾਹ ਦੇ ਬਚਨ ਸੁਣ ਕੇ ਮਹੰਤ ਕਿਰਪਾਲ ਦਾਸ ਜੀ ਬੜੇ ਪ੍ਰਸੰਨ ਹੋਏ। ਕਹਿੰਦੇ ਬਲ ਦੇ ਨਾਲ ਸੋਟਾ ਮੋਢੇ ਤੇ ਸੰਭਾਲ ਲਿਆ ਤੇ ਸਰੀਰ ਨੂੰ ਕਾਇਮ ਕੀਤਾ। ਕਹਿੰਦੇ ਸਰੀਰ ਵੱਡਾ ਸੀਗਾ, ਪੇਟ ਥੋੜਾ ਜਾਗਾ ਵਧਿਆ ਹੋਇਆ ਸੀ, ਕਿਉਂਕਿ ਜ਼ਿਆਦਾ ਸਮਾਧੀ ਚ ਬੈਠੇ ਮਹਾਂਪੁਰਸ਼ ਕਈ ਕਈ ਦਿਨ ਭਜਨ ਵਿੱਚ ਹੀ ਲੀਨ ਰਹਿੰਦੇ ਸਨ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਮੂੰਹ ਨਾ ਭੁੱਖ ਹੈ ਅੰਮ੍ਰਿਤ ਨਾਮ ਸੁਖਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਵਰਗਾ। ਉਹ ਸਰੀਰ ਨਹੀਂ ਹੁੰਦੇ, ਉਹ ਆਤਮਾ ਰੂਪੀ ਹੁੰਦੇ ਨੇ, ਪਰਮੇਸ਼ਰ ਰੂਪੀ ਹੁੰਦੇ ਨੇ। ਇਹੋ ਜਿਹੇ ਮਹਾਂਪੁਰਸ਼ ਬਾਬਾ ਕਿਰਪਾਲ ਦਾਸ ਜੀ, ਕਹਿੰਦੇ ਬਾਹਾਂ ਦੋਵੇਂ ਵੱਡੀਆਂ ਲੰਮੀਆਂ ਲੰਮੀਆਂ ਬੜੀਆਂ ਬਲ ਵਾਲੀਆਂ, ਕਿਉਂਕਿ ਜਦੀ ਸਦੀ ਸਨ ਬਚਪਨ ਤੋਂ ਹੀ ਬ੍ਰਹਮਚਾਰੀ ਸਨ ਮਹਾਂਪੁਰਸ਼ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾ ਦੇ ਸਾਧੂ, ਕਿਉਂਕਿ ਬਾਬਾ ਜੀ ਨੇ ਸੋਚਿਆ ਸੀ ਵੀ ਗੁਰੂ ਨਾਨਕ ਦੇ ਮਤ ਦਾ ਪ੍ਰਚਾਰ ਉਹ ਬੰਦੇ ਕਰ ਸਕਦੇ ਨੇ ਜਿਹੜੇ ਪੂਰੀ ਤਰ੍ਹਾਂ ਸਮਰਪਿਤ ਹੋ ਜਾਣ। ਗ੍ਰਿਸਤੀ ਵੀ ਪ੍ਰਚਾਰਕ ਹੋ ਸਕਦੇ ਨੇ, ਪਰ ਫਿਰ ਵੀ ਉਹਨਾਂ ਨੂੰ ਆਪਣੇ ਬਾਲ ਬੱਚਿਆਂ ਦਾ ਆਪਣੇ ਘਰ ਬਾਰ ਦਾ ਸਭ ਜ਼ਿੰਮੇਵਾਰੀ ਸੋਚਣੀ ਪਈ, ਅਤੇ ਉਹ ਵੀ ਬੰਦੇ ਚਾਹੀਦੇ ਜਿਹੜੇ ਸਾਰਾ ਜੀਵਨ ਹੀ ਇਸ ਪਾਸੇ ਲਾ ਦੇਣ, ਮੁੜ ਕੇ ਪਿੱਛੇ ਵੇਖਣ ਹੀ ਨਾ। ਉਹ ਉਦਾਸੀ ਸਾਧਾਂ ਨੇ ਕੰਮ ਕੀਤਾ, ਸੰਸਾਰ ਭਰ ਸਿੱਖੀ ਦਾ ਪ੍ਰਚਾਰ ਕੀਤਾ। ਅਫਸੋਸ ਹੈ ਅਸੀਂ ਉਸ ਸੰਪਰਦਾ ਨੂੰ ਇੰਝ ਵਾਕ ਕੱਢ ਕੇ ਬਾਹਰ ਰੱਖ ਦਿੱਤਾ 1925 'ਚ, ਜਿਵੇਂ ਮੱਖਣ 'ਚ ਵਾਲ ਕੱਢੀ ਦਾ। ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਦੀ ਕਥਾ ਗੁਰਮੁਖ ਪ੍ਰਕਾਸ਼ 'ਚ ਲਿਖੀ, ਸਾਰੀਆਂ ਸੰਪਰਦਾਵਾਂ ਦੀ ਲਿਖੀ, ਉਦਾਸੀਆਂ ਦੀ, ਨਿਰਮਲਿਆਂ ਦੀ, ਨਿਹੰਗ ਸਿੰਘਾਂ ਦੀ, ਸੇਵਾ ਪੰਥੀਆਂ ਦੀ, ਜਿੰਨੇ ਸੰਪਰਦਾ ਸਾਰਿਆਂ ਦਾ ਆਪੋ ਆਪਣਾ ਯੋਗਦਾਨ ਹੈ। ਪੰਥ ਦਾ ਅੰਗ ਹਨ, ਸਾਰੇ ਮਾੜੇ ਨਹੀਂ ਹੋਇਆ ਕਰਦੇ। ਇੱਕ ਬੰਦਾ ਗਲਤੀ ਕਰੇ, ਦੋ ਕਰੇ, ਸਾਰੇ ਥੋੜ੍ਹਾ ਕਰਦੇ। ਅਸੀਂ ਸਾਰਿਆਂ ਨੂੰ ਇੱਕੋ ਲੈਣੇ
ਸਾਰਿਆਂ ਨੂੰ ਕੋਈ ਸਰੋਪਾ ਪਾ ਦਿੰਦੇ ਹਾਂ ਵੀ ਆਹ ਦੇਖੋ ਜੀ ਫਲਾਣੇ ਆਹ ਕਰ ਰਹੇ। ਸੋ ਖਾਲਸਾ ਜੀ, ਬਾਬਾ ਕਿਰਪਾਲ ਦਾਸ ਸੀ, ਬ੍ਰਹਮਚਾਰੀ ਸਨ, ਬਚਪਨ ਤੋਂ ਹੀ ਭਿੰਡਮ ਅਤੇ ਗੁਰੂ ਘਰ 'ਚ ਰਹਿ ਕੇ ਜਪ ਤਪ ਕੀਤਾ ਸੀ। ਬ੍ਰਹਮਚਾਰੀ ਦਾ ਬਲ ਤਾਂ ਹੁੰਦਾ ਹੀ, ਮਾਰੇ ਕਹਿੰਦੇ ਤ੍ਰੇਤਾ ਜੋਰ ਜਦਾ ਹੈ, ਉਹਦਾ ਬਲ ਸੀ ਉਹਨਾਂ ਵਿੱਚ। ਸੀਸ ਦੇ ਉੱਤੇ ਜਟਾ ਦਾ ਵੱਡਾ ਸਾਰਾ ਜੂੜਾ, ਇਸ ਤਰ੍ਹਾਂ ਸੀ ਜਿਵੇਂ ਕਿਸੇ ਰਾਜੇ ਦੇ ਸਿਰ ਤੇ ਮੁਕਟ ਸੋਭਾ ਪਾ ਲਿਆ ਹੋਵੇ। ਸਾਰੇ ਪਿੰਡੇ ਤੇ ਵਿਭੂਤੀ ਸੁਆਹ ਮਲੀ ਹੋਈ ਸੀ, ਇੱਕ ਲੰਗੋਟਾ ਹੀ ਪਹਿਨਦੇ ਸਨ। ਆ ਮਹਾਰਾਜ ਦਸਵੇਂ ਪਾਤਸ਼ਾਹ ਕੋਲ ਘੋੜਾ ਮੰਗਿਆ, ਮਹਾਰਾਜ ਨੇ ਸੰਤਾਂ ਨੂੰ ਘੋੜਾ ਦੇ ਦਿੱਤਾ। ਸੰਤ ਘੋੜੇ ਤੇ ਬਹਿ ਕੇ ਤੇ ਸਲੋਤਰ ਮੋਢੇ ਤੇ ਰੱਖ ਕੇ ਜਕਾਰਾ ਗਜਾ ਕੇ ਦੁਸ਼ਮਣ ਦੇ ਦਲ ਵਿੱਚ ਜਾ ਪਏ। ਜਿੱਧਰ ਖਾਨਾ ਦਾ ਦਲ ਸੀ ਤਾਂ ਮਹੰਤ ਕਿਰਪਾਲ ਦਾ ਸੀ, ਉੱਧਰ ਹੀ ਜਾ ਰਹੇ ਨੇ ਜਕਾਰੇ ਵਜਾਉਂਦੇ ਹੋਏ, ਮਾਰੋ ਮਾਰੋ ਕਰਦੇ ਹੋਏ। ਭੈਰਵ ਭਿਆਨਕ ਰੂਪ ਸੀਗਾ ਜਿਵੇਂ ਭੈਰੋ ਦਾ ਹੁੰਦਾ, ਸਾਰਾ ਪਿੰਡਾ ਸਾਰਾ ਮਲਿਆ, ਦਾੜਾ ਦੇ ਕੇਸ ਤੇ ਅੱਖਾਂ ਲਾਲ ਤੇ ਸਿਰ ਦੇ ਉੱਤੇ ਜੂੜਾ, ਉਦਾਂ ਹੀ ਕੱਚੇ ਪੇਲੇ ਤੇ ਦੇਖ ਕੇ ਡਰ ਜਾਣ। ਹਾਂਜੀ, ਅੱਖਾਂ ਬਾਬਾ ਜੀ ਦੀਆਂ ਲਾਲ ਸੁਰਖ ਬੀਲਾਸ ਵਿੱਚ ਰੱਤੀਆਂ ਹੋਈਆਂ ਸਨ। ਔਰ ਪਠਾਣਾ ਦੇ ਅੱਗੇ ਜਾ ਕੇ ਗਰਜਿਆ, ਬਿਲਕੁਲ ਭੈ ਹੀ ਨਹੀਂ ਮੈਨੂੰ ਕੋਈ ਤੀਰ ਵੱਜ ਜਾਏਗਾ, ਮੈਨੂੰ ਕੋਈ ਗੋਲੀ ਵੱਜ ਜਾਏਗੀ, ਕਿਉਂਕਿ ਉਹਨਾਂ ਦੇ ਆਲੇ ਦੁਆਲੇ ਰਾਮ ਕਵਚ ਦਾਸ ਘਰ ਸਨ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦੀ ਉਹ ਕਵਚ ਮਿਲੀ ਹੁੰਦੀ ਹੈ, ਸਜੋ ਮਿਲੀ ਹੁੰਦੀ ਹੈ। ਉਤਾਂਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗੈ ਨਾ ਭਾਈ, ਇਹੋ ਜਿਹੇ ਮਹਾਂਪੁਰਸ਼ ਨਿਰਭੈ ਹੋ ਕੇ ਦੁਸ਼ਮਣ ਦੇ ਸਾਹਮਣੇ ਜਾ ਗੱਜੇ ਹਨ। ਔਰ ਜਾਂਦਿਆਂ ਹਯਾਤ ਖਾਂ ਨੂੰ ਵੰਗਾ ਰਿਹਾ ਹੈ, ਉਹਦਾ ਨਾਂ ਲੈ ਕੇ ਵੰਗਾ ਰਿਹਾ, ਜਾਣਦੇ ਸਨ ਕਿਉਂਕਿ ਇੱਥੇ ਰਹਿੰਦਾ ਰਿਹਾ ਮੋਢਾ ਸਾਹਿਬ। ਹਾਂਜੀ, ਬਾਬਾ ਜੀ ਕਹਿੰਦੇ ਆਤਕਾ ਕਿੱਥੇ ਭੱਜਿਆ ਜਾਣਾ, ਇੱਥੇ ਖੜਾ ਰਹਿਣ ਨੂੰ ਜਰਾ। ਮੇਰੇ ਨਾਲ ਦੋ ਹੱਥ ਕਰ ਢਾਲ ਤਲਵਾਰ ਤੇਰੀ, ਵੇਖੀਏ ਕਿੰਨੀ ਤਲਵਾਰ ਚਲਾਣੀ ਜਾਣਦਾ ਤੂੰ। ਤੂੰ ਸਾਡੇ ਬੜੇ ਸਿੱਖ ਯੋਧੇ ਮਾਰ ਦਿੰਦੇ ਨੇ, ਹੁਣ ਤੈਨੂੰ ਦੇਖਾਂਗੇ ਵੀ ਕਿਵੇਂ ਤੂੰ ਸ਼ਸਤਰਧਾਰੀ ਤਲਵਾਰ ਚਲਾਣੀ ਜਾਣਦਾ, ਕਿੰਨੀ ਕੁ ਜਾਣਦਾ। ਹੁਣ ਹੌਸਲਾ ਰੱਖ ਜੇ, ਅਸੀਂ ਆ ਗਏ ਹਾਂ ਤੇ ਭੱਜਣਾ ਹੁਣ ਸਾਡੇ ਸਾਹਮਣੇ। ਹਾਂਜੀ, ਹਯਾਤ ਖਾਂ ਬਾਬਾ ਜੀ ਦੀ ਲਲਕਾਰ ਸੁਣ ਕੇ ਮੁੜਿਆ, ਏਦਾਂ ਮੁੜਿਆ ਜਿਵੇਂ ਸੱਪ ਨਾਗ ਕਾਲੇ ਦੀ ਪੂਛ ਤੇ ਕੋਈ ਪੈਰ ਰੱਖਦੇ ਤੇ ਪਲਟ ਕੇ ਵਾਰ ਕਰਦਾ, ਗੁੱਸਾ ਖਾ ਕੇ ਅਣਖੀ ਹਯਾਤ ਖਾਂ ਮੁੜਿਆ। ਦੋਵੇਂ ਸੂਰਮੇ ਆਪਣੇ ਸਾਹਮਣੇ ਖੜ ਗਏ, ਮਹੰਤ ਕਿਰਪਾਲ ਦਾਸ ਤੇ ਹਯਾਤ ਖਾਂ, ਤਲਵਾਰ ਜਕਾਰੀ ਕੋਪ ਭਰੇ, ਔਰ ਫੁਲਾਤੀ ਤਲਵਾਰ ਬਿਆਨ ਚ ਕੱਢੀ ਗੁੱਸੇ ਦੇ ਨਾਲ ਹਯਾਤ ਖਾਂ ਨੇ। ਸੰਤਾਂ ਨੇ ਮੋਟਾ ਕੁਤਕਾ ਸਲੋਤਰ ਏਦਾਂ ਸੰਭਾਲ ਲਿਆ, ਤਿਆਰ ਕਰ ਲਿਆ, ਦੋਵਾਂ ਪਾਸਿਆਂ ਦੀ ਫੌਜ ਦੇਖ ਲਈ, ਬੜਾ ਅਜੀਬ ਜਿਹਾ ਨਜ਼ਾਰਾ ਹੈ। ਇੱਕ ਸਾਧ ਜੰਗ ਕਰਨ ਆ ਗਿਆ, ਕਦੀ ਤੇ ਕਵੀ ਗਵਾਲ ਜੀ ਦੇ ਬਚਨ ਲਿਖੇ ਨੇ, ਉਹ ਕਹਿੰਦੇ ਪੜ੍ਹ ਕੇ ਤਿਆਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਆਗਮੇ। ਇਹ ਕਰਨੀਆਂ ਵਾਲੇ ਤੇਰੀ ਬਾਣੀ ਪੜ੍ਹ ਕੇ ਅਗਿਆਨ ਵਿੱਚ, ਜਿਹਨਾਂ ਨੂੰ ਕੋਈ ਸਮਝ ਨਹੀਂ ਕੋਈ ਸੋਝੀ ਨਹੀਂ, ਉਹ ਅਗਿਆਨੀ ਵੀ ਮੁਕਤ ਹੋ ਗਏ, ਜੀਵਨ ਮੁਕਤ ਹੋ ਗਏ। ਪੜ੍ਹ ਕੇ ਤਿਹਾਰੀ ਬਾਣੀ ਸ੍ਰੀ ਮਨ ਗੋਬਿੰਦ ਸਿੰਘ, ਜੀਵਨ ਮੁਕਤ ਜਨ ਹੋਏ ਰਹੇ ਅਗਮੇ। ਸਾਧ ਮੇ ਨਾ ਸ਼ੇਰ ਪਾਣ, ਸਾਧ ਵਿੱਚ ਕਦੀ ਸ਼ੇਰਾਂ ਵਾਲੀ ਖੋਖਾ ਪਿਰਤੀ ਨਹੀਂ ਹੁੰਦੀ,
ਤੇ ਸ਼ੇਰ ਬਿਨਾ ਸਾਧ ਪਣ, ਤੇ ਸ਼ੇਰ ਕਦੀ ਸਾਧ ਨਹੀਂ ਬਣਿਆ। ਦੋ ਪਣ ਦੇਖੀਏ ਆਪ ਹੀ ਕੇ ਮਨ ਮੈਂ, ਤੁਹਾਡੇ ਪੰਥ ਵਿੱਚ ਇਹ ਦੋਵੇਂ ਚੀਜ਼ਾਂ ਇਕੱਠੀਆਂ ਦਿਸਦੀਆਂ। ਤੁਹਾਡਾ ਸਿੱਖ ਸੰਤ ਵੀ ਹੁੰਦਾ, ਸਿਪਾਹੀ ਵੀ ਹੁੰਦਾ, ਵੇਖ ਰਹੇ ਪਹਾੜੀਏ ਵੀ, ਇੱਧਰ ਪਠਾਨ ਵੀ, ਸਿੱਖ ਵੀ ਹੈਰਾਨ ਸਨ ਵੀ ਕਦੀ ਬਾਬਾ ਜੀ ਨੇ ਤੇ ਸੋਟਾ ਫੜ ਕੇ ਜਾਂ ਕੋਈ ਗੱਤਕਾ ਵੀ ਨਹੀਂ ਖੇਡਿਆ ਕਰੀਏ, ਤੇ ਬੈਠੇ ਭਜਨ ਕਰਦੇ ਹੁੰਦੇ ਸੀ, ਅੱਜ ਕਿਹੜਾ ਰੰਗ ਵਿਖਾਣ ਲੱਗੇ ਆ, ਸਲੋਤਰ ਮੋਢੇ ਦੇ ਤਿਆਰ ਕਰ ਲਿਆ ਤੇ ਉਧਰੋਂ ਨੇ ਤਲਵਾਰ ਆਪਣੀ ਮਿਆਨ ਚ ਧੂ ਲਈ। ਇਹ ਸਿਰ ਦੇ ਉੱਤੇ ਬੜਾ ਵੱਡਾ ਜੜਾ ਦਾ ਜੂੜਾ ਤੇ ਪਿੰਡੇ ਦੇ ਸਵਾਹ ਬਣੀ ਹੋਈ ਹੈ, ਇਹ ਸਾਧ ਕੀ ਕਰੇਗਾ। ਹਾਂਜੀ, ਪਠਾਨ ਵੇਖ ਰਹੇ ਨੇ ਬਾਬਾ ਕਿਰਪਾਲ ਦਾਸ ਵੱਲ, ਕਹਿੰਦੇ ਇਹ ਬੜਾ ਅਜੀਬ ਜਿਹਾ ਯੁੱਧ ਸੀਗਾ, ਇਹ ਸਮਝ ਨਹੀਂ ਸੀ ਆ ਰਹੀ ਵੀ ਸਾਧ ਬੰਦਾ ਕਿੱਥੇ ਜੰਗ ਲੜ ਲਏਗਾ। ਉਹਨੇ ਕੁਤਕਾ ਫੜਿਆ ਸਾਧ ਨੇ, ਉਹਨੇ ਤਲਵਾਰ ਫੜੀ ਖਾਨ ਨੇ, ਇਹਨਾਂ ਦਾ ਜੰਗ ਵੇਖਣ ਲਈ ਦੂਜੇ ਵੀ ਹਟ ਗਏ ਲੜਾਈ ਵੀ ਦੇਖੀਏ ਕੀ ਕਰਦੇ ਨੇ ਦੋਵੇਂ। ਪਹਿਲਾਂ ਕਦੀ ਏਦਾਂ ਹੋਇਆ ਹੀ ਨੀ, ਕਦੀ ਇਸ ਤਰ੍ਹਾਂ ਦੇ ਲਿਬਾਸ ਵਾਲਾ ਭੂਤੀ ਬਣੀ ਜੜਾ ਦੇ ਜੂਟ ਵਾਲਾ ਸਾਧ ਕਦੀ ਜੰਗ ਕਰਦਾ ਵੇਖਿਆ ਹੀ ਨਹੀਂ। ਪਠਾਨ ਨੇ ਆਪਣਾ ਘੋੜਾ ਤਿੱਖਾ ਕੀਤਾ, ਉਹਨੇ ਤਲਵਾਰ ਹੱਥ ਵਿੱਚ ਫੜੀ ਤੇ ਘੋੜਾ ਦੜਾ ਕੇ ਆਇਆ ਹਯਾਤ ਖਾਨ। ਅੱਗੇ ਬਾਬਾ ਜੀ ਬੜੀ ਧੀਰਜ ਨਾਲ ਖੜੇ ਨੇ, ਬੜੇ ਹੌਸਲੇ ਨਾਲ, ਪੂਰੇ ਇਰਾਦੇ ਨਾਲ ਖੜੇ ਨੇ ਵੀ ਆਵੇ ਤੇ ਸਹੀ ਜਿਹੜਾ ਨੇੜੇ। ਉਤਕਾ ਹੱਥ ਵਿੱਚ ਫੜਿਆ, ਬਿਲਕੁਲ ਰਤੀ ਜਿੰਨਾ ਵੀ ਡਰ ਮਲਾਲ ਮਨ ਵਿੱਚ ਨਹੀਂ ਆਇਆ, ਚੜ੍ਹਦੀ ਕਲਾ ਚ ਖੜੇ ਨੇ ਬਾਬਾ ਕਿਰਪਾਲ ਦਾਸ ਜੀ। ਖਾਨ ਹਯਾਤ ਜਦੋਂ ਬਾਬਾ ਜੀ ਦੇ ਨੇੜੇ ਆਇਆ, ਉਹਨੇ ਤਲਵਾਰ ਦਾ ਭਰਵਾਂ ਵਾਰ ਬਾਬਾ ਜੀ ਤੇ ਕੀਤਾ, ਤੇ ਬਾਬਾ ਜੀ ਨੇ ਉਸ ਤਲਵਾਰ ਦੇ ਅੱਗੇ ਸਲੋਤਰ ਕਰਤਾ। ਬੋਟਾ ਸੋਟਾ ਬੜਾ ਭਾਰੀ ਟਾਲੀ ਲੱਗਣ ਦਾ ਬਣਿਆ ਸਲੋਤਰ ਸੀਗਾ, ਅੱਗੇ ਜਦੋਂ ਕੀਤਾ ਨਾ ਤਲਵਾਰ ਉੱਤੇ ਵੱਜੀ ਹੈ, ਫਲਾਦੀ ਤਲਵਾਰ ਟੁੱਟ ਕੇ ਦੋ ਹਿੱਸੇ ਹੋ ਟੁੱਟ ਗਈ। ਤਲਵਾਰ ਜਿਹੜੀ ਡਾਂਗ ਵਾਲਾ ਸੀ, ਤਲਵਾਰ ਵਾਲੇ ਦੇ ਕਾਬੂ ਆਉਂਦਾ, ਜਿਹੜੇ ਪੁਰਾਣੇ ਨਿਹੰਗ ਸਿੰਘ ਬਜ਼ੁਰਗ ਉਹ ਕਹਿੰਦੇ ਹੁੰਦੇ ਸੀ ਜੇ ਤਲਵਾਰ ਰੱਖੀ ਤੇ ਢਾਲ ਘੱਟੋ ਘੱਟ ਨਾ ਰੱਖੋ ਤੇ ਡਾਂਗ ਵੀ ਰੱਖੋ, ਨਹੀਂ ਤੇ ਤਲਵਾਰ ਵਾਲੇ ਨੂੰ ਡਾਂਗ ਵਾਲਾ ਅੱਗੇ ਲਾ ਦਿੰਦਾ, ਉਹ ਡਾਂਗ ਖਾਣ ਵੀ 5-7 ਫੁੱਟ ਤੋਂ ਪੈਣੀ ਤੇ ਤਲਵਾਰ ਵੀ ਚਲੇਗੀ 3 ਫੁੱਟ ਵੱਧ ਤੋਂ ਵੱਧ ਜਾਏਗੀ, ਤੇ ਜੇ ਵਾਰ ਲੱਗ ਗਿਆ ਲੱਗ ਗਿਆ ਡਾਂਗ ਵਾਲੇ ਤੇ ਜਿੱਧਰੋਂ ਮਰਜ਼ੀ ਛੱਡੀ ਆਉਣੀ ਤੇ ਡਾਂਗ ਦੇ ਉੱਤੇ ਤਲਵਾਰ ਟੁੱਟ ਜਾਂਦੀ ਹੈ। ਕਈ ਵਾਰ ਉਹੀ ਕੰਮ ਹੋਇਆ, ਸੋਟਾ ਸੀ ਮੋਟਾ ਟਾਲੀ ਦਾ ਸੀਗਾ, ਉਹਦੇ ਤੇ ਤਲਵਾਰ ਵੱਜੀ, ਹਯਾਤ ਖਾਨ ਜੀ ਟੁੱਟ ਕੇ ਦੋ ਟੋਟੇ ਹੋ ਗਈ। ਜਦੋਂ ਤਲਵਾਰ ਉਹਦੀ ਟੁੱਟ ਗਈ ਤੇ ਬਾਬਾ ਜੀ ਸ਼ੇਰ ਤਰ੍ਹਾਂ ਭੱਬ ਕੇ, ਫਿਰ ਬਾਬਾ ਕਿਰਪਾਲ ਦਾ ਦੋਵਾਂ ਦਲਾਂ ਦੇ ਸਿਪਾਹੀ ਵੇਖ ਰਹੇ ਨੇ, ਪੂਰੇ ਬਾਲੇ ਨਾਲ ਕੁਤਕਾ ਸੱਚ ਪੈਰਾਂ ਦੇ ਨੋ ਤੋਂ ਲੈ ਕੇ ਨਾ ਸਿਰ ਦੀ ਚੋਟੀ ਤੱਕ ਦਾ ਸਾਰਾ ਬਲ ਇੱਕ ਥਾਂ ਤੇ ਕਾਗਰ ਕਰਨਾ ਪੈਂਦਾ, ਤੇ ਸੁਰਤ ਦਾ ਕੰਮ ਹੁੰਦਾ ਜੰਗ ਬਲ ਨਾਲ ਨਹੀਂ, ਇਹ ਸੁਰਤ ਨਾਲ ਜਿੱਤਿਆ ਜਾਂਦਾ। ਜਦੋਂ ਇਕਾਗਰਤਾ ਬਣਦੀ ਉਦੋਂ ਵਾਲ ਟਕਾਣੇ ਤੇ ਲੱਗਦਾ। ਹਾਂਜੀ, ਕਹਿੰਦੇ ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਅੱਗੇ ਲਿਖੀ ਕਥਾ, ਕਹਿੰਦੇ ਹਯਾਤ ਖਾਨ ਦੇ ਸਿਰ ਦੇ ਵਿੱਚ ਸੋਟਾ ਮਾਰਿਆ ਕੱਸ ਕੇ, ਬਾਬਾ ਜੀ ਜਦੋਂ ਸੋਟਾ ਮਾਰਿਆ ਨਾ ਆਪਣਾ ਪੈਰ ਦੋਵੇਂ ਚਰਨ ਜਿਹੜੇ ਸੀ ਨਾ ਉਹ ਰਕਾਬਾਂ ਦੇ ਵਿੱਚ ਖੜੇ ਹੋ ਗਏ, ਰਕਾਬਾਂ ਦੇ ਭਾਰ ਪਾ ਕੇ ਨਾ ਪੂਰੇ ਬਲ ਨਾਲ ਜਿਹੜੀ ਸਿਰ ਤੋਂ ਪੈਰ ਤੱਕ ਦਾ ਪੂਰਾ ਜ਼ੋਰ ਇਕਾਗਰ ਕਰਕੇ ਮਾਰਿਆ।
ਬਾਬਾ ਜੀ ਆਪਣੇ ਘੋੜੇ ਦੀ ਕਾਠੀ ਤੋਂ ਉੱਛਲ ਕੇ ਥੋੜਾ ਜਿਹਾ ਵਾਰ ਕੀਤਾ, ਸਾਰੇ ਸਰੀਰ ਦਾ ਬਲ ਲਾ ਕੇ ਮਾਰਿਆ ਸੋਟਾ, ਦੋਵਾਂ ਹੱਥਾਂ ਦਾ ਮਾਰਿਆ ਹੋਇਆ ਕੁੱਤਕਾ ਜਾ ਹੋਇਆ ਥਾਂ ਦੇ ਸਿਰ ਚ ਵੱਜਾ, ਇਸ ਤਰ੍ਹਾਂ ਵੱਜਾ ਕੇ ਸਿਰ ਜਿਹੜਾ ਨਾ ਉਹ ਖੱਖੜੀ ਖੱਖੜੀ ਹੋ ਗਿਆ। ਚਿੱਟੇ ਰੰਗ ਦੀ ਉਹ ਦੋਵਾਂ ਪਾਸਿਆਂ ਚਾਰੇ ਪਾਸਿਆਂ ਤੇ ਖਿਲਰ ਗਈ ਤੇ ਵਿੱਚੋਂ ਕਈ ਛਿੱਟੇ ਉੱਡ ਕੇ ਬਾਬਾ ਜੀ ਦੇ ਸਰੀਰ ਤੇ ਵੀ ਪੈ ਗਏ। ਕਹਿੰਦੇ ਉਹਦੇ ਸਰੀਰ ਸਿਰ ਦੇ ਨਾ ਕਈ ਟੋਟੇ ਟੋਟੇ ਕਰਤੇ, ਖੱਖੜੀ ਖੱਖੜੀ ਤਰ੍ਹਾਂ ਖਲੇਰ ਦਿੱਤਾ ਸਿਰ ਉਹਦਾ। ਪਹਾੜੀ ਰਾਜੇ ਤੇ ਉਹਨਾਂ ਦੇ ਜਰਨੈਲ ਦੇਖ ਰਹੇ ਸਨ ਤੇ ਪਠਾਨ ਵੀ ਦੇਖ ਰਹੇ ਸਨ ਤੇ ਸਿੱਖ ਵੀ ਦੇਖ ਰਹੇ ਸਨ ਤੇ ਉੱਤੇ ਗੜੀ ਤੇ ਮਹਾਰਾਜ ਦਸਮ ਪਾਤਸ਼ਾਹ ਵੀ ਦੇਖ ਰਹੇ ਸਨ। ਸ੍ਰੀ ਕਲਗੀ ਧਰ ਪਾਤਸ਼ਾਹ ਨੇ ਉਸ ਵੇਲੇ ਆਪਣੇ ਬੁਖਾਰ ਬਿਨ ਤੋਂ ਇਹਦੀ ਉਪਮਾ ਲਿਖੀ ਹੈ। ਸਾਧ ਸੰਗਤ ਜੀ ਕਈ ਕਹਿੰਦੇ ਦਸਮ ਪਾਤਸ਼ਾਹ ਦਾ ਵਿਚਿੱਤਰ ਨਾਟਕ ਅੰਗਰੇਜ਼ਾਂ ਵੇਲੇ ਲਿਖਿਆ ਸੀਗਾ। ਅੰਗਰੇਜ਼ ਕਦੋਂ ਆਏ ਸੀ? 1849 'ਚ ਪੰਜਾਬ 'ਚ ਆਏ ਸੀ ਤੇ ਥੋੜ੍ਹਾ ਚਿਰ ਦਿੱਲੀ ਵੱਲ ਆਏ ਹੋਣਗੇ ਤੇ ਇਹ ਗ੍ਰੰਥ ਲਿਖਿਆ 1843 ਵਿੱਚ ਭਾਈ ਸੰਤੋਖ ਸਿੰਘ ਉਹਨਾਂ ਨੇ। ਤੇ ਕਵੀ ਜੀ ਕਹਿ ਰਹੇ ਨੇ ਵੀ ਵਿਚਿੱਤਰ ਨਾਟਕ ਦੇ ਦਸਵੇਂ ਪਾਤਸ਼ਾਹ ਨੇ ਆਪਣੇ ਸ੍ਰੀ ਮੁਖ ਤੋਂ ਜੰਗ ਦੀ ਕਥਾ ਲਿਖੀ। ਵਿਚਿੱਤਰ ਨਾਟਕ ਕਲਗੀਧਰ ਦੀ ਬਾਣੀ ਹੈ, ਉਹਨਾਂ ਨੇ ਆਪਣੀ ਕਥਾ ਬਖਾਨੋ। ਲਓ ਦੇਖੋ ਅੱਗੇ ਪ੍ਰਮਾਣ ਮਿਲਦੇ ਨਾ ਵੀ ਕਦੋਂ ਕਦੋਂ ਪਿੱਛੇ ਤੋਂ ਪਿੱਛੇ ਇਸ ਗ੍ਰੰਥ ਦੇ ਉਦਾਹਰਣ ਕਿੱਥੇ ਤੱਕ ਮਿਲਦੇ ਨੇ, ਕਦੀ ਉਸ ਵਿਸ਼ੇ ਤੇ ਤੁਸੀਂ ਵਿਚਾਰ ਕਰੋਗੇ ਤੁਹਾਨੂੰ 18ਵੀਂ ਸਦੀ ਦੇ 10-20 ਗ੍ਰੰਥ ਨੇ ਜਿਹਨਾਂ 'ਚ ਇਹਦਾ ਜ਼ਿਕਰ ਆਉਂਦਾ। ਇੱਕ ਭਾਈ ਸੰਤੋਖ ਸਿੰਘ ਜੀ ਮੰਨ ਰਹੇ ਨੇ ਵੀ ਕਲਗੀਧਰ ਨੇ ਆਪ ਇਹ ਕਥਾ ਵਿਚਿੱਤਰ ਨਾਟਕ ਵਿੱਚ ਲਿਖੀ। ਗੁਰ ਸ੍ਰੀ ਮੁਖ ਤੇ ਉਪਮਾ ਸੋ ਭਲੀ, ਆਪਣੇ ਬੁਖਾਰ ਬਿੰਦ ਤੋਂ ਉਪਮਾ ਕਰਦੇ ਸੱਚੇ ਪਾਤਸ਼ਾਹ ਜੀ ਸੰਤ ਕਿਰਪਾਲ ਦਾਸ ਜੀ ਨੇ ਜੰਗ ਦੀ। ਕ੍ਰਿਸ਼ਨ ਜੀ ਭੰਨ ਦਿੰਦੇ ਸਨ, ਇਉਂ ਭੰਨ ਸੁੱਟਿਆ ਜਿਵੇਂ ਭੀਮ ਨੇ ਗਦਾ ਫੜ ਕੇ ਆਪਣੇ ਹੱਥਾਂ ਦੇ ਵਿੱਚ। ਦੁਰਯੋਧਨ ਦੇ ਪੱਟ ਭੰਨੇ ਸਨ, ਏਦਾਂ ਭੰਨ ਦਿੱਤਾ ਸਿਰ। ਭੁਜੰਗ ਛੰਦ ਕਿਰਪਾਲ ਕੋ ਬਿਅੰਕਤ ਕੋ ਸੰਭਾਰੀ, ਇਹ ਮਹਾਰਾਜ ਦਸਵੇਂ ਪਾਤਸ਼ਾਹ ਦੀ ਬਾਣੀ ਚੋਂ ਭਾਈ ਸਾਹਿਬ ਨੇ ਇੱਥੇ ਉਹ ਟੂਕਾਂ ਲਿਖੀਆਂ ਨੇ। ਕਿਰਪਾਲ ਕੋ ਬਿਅੰਕਤ ਕੋ ਸੰਭਾਰੀ, ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਸੰਤ ਕਿਰਪਾਲ ਦਾਸ ਜੀ ਦੀ ਦਾਸ ਆਏ, ਕੁੱਤਕਾ ਸੰਭਾਲ ਲਿਆ, ਸੋਟਾ ਫੜ ਲਿਆ, ਕਟੀ ਖਾਨ ਹਯਾਤ ਕੇ ਸੀਸ ਝਾਰੀ, ਤੇ ਕੁੱਤਕਾ ਹਯਾਤ ਖਾਨ ਦੇ ਸਿਰ ਮਾਰਿਆ ਕੱਸ ਕੇ। ਕਹਿੰਦੇ ਉਹਦੇ ਸਿਰ ਦੇ ਵਿੱਚੋਂ ਉਹਦੀ ਚਰਬੀ ਦੀਆਂ ਛਿੱਟਾਂ ਏਦਾਂ ਖਿਲਰ ਗਈਆਂ, ਮਿੱਜ ਨਿਕਲ ਗਈ ਸਿਰ ਦੇ ਵਿੱਚੋਂ। ਮਾਖਣ ਮਟਕੀ ਕਾਨ ਖੋਰਾਂ, ਮਾਂ ਨੂੰ ਮੱਖਣ ਦੀ ਮਟਕੀ ਨੂੰ ਕ੍ਰਿਸ਼ਨ ਨੇ ਭੰਨ ਦਿੱਤਾ ਹੋਵੇ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਉਹਨੂੰ ਮਾਰ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲ ਵਾਪਸ ਆਏ ਤੇ ਹਜ਼ੂਰ ਨੇ ਸੰਤ ਕਿਰਪਾਲ ਦਾਸ ਨੂੰ ਬੜੀਆਂ ਬਖਸ਼ਿਸ਼ਾਂ ਨਾਲ ਨਵਾਜਿਆ। ਜੰਗ ਕਿਵੇਂ ਹੋ ਰਿਹਾ ਇਹ ਕਥਾ ਬੜੇ ਵਿਸਥਾਰ ਨਾਲ ਆਪ ਜੇ ਸਰਵਣ ਕਰੋਗੇ, 5-7 ਮਿੰਟ ਉੱਤੇ ਹੋ ਗਏ ਨੇ, ਪਰ ਪ੍ਰਸੰਗ ਇਹੋ ਜਿਹਾ ਸੀ ਉਹਨੂੰ ਛੱਡਿਆ ਨਹੀਂ ਸੀ ਜਾ ਸਕਦਾ ਸਮੇਂ ਦੇ ਲਿਹਾਜ਼ ਨਾਲ। ਸਮਾਪਤੀ। ਹੇ ਗੋਬਿੰਦ।
ਹੇ ਗੋਪਾਲ ਹੇ ਦਿਆਲ ਲਾਲ ਨਾਲ ਨਾਥ ਨਾ ਸਖੇ ਦੀਨ ਦਰਦ ਨਿਵਾਰ ਹੇ ਸਮਰਾਥ ਗਮ ਪੂਰਨ ਮੋਏ ਮਾਇਆ ਧਾਰ ਨਾਨਕ ਮਹਾ ਪਿਆਰ ਨਾਨਕ ਪਾਰੇ ਉਤਾਰ ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।